ਔਰ ਅਸੀਂ ਇੱਕ ਵਚਨ ਦੇ ਵਿੱਚ ਜਾਵਾਂਗੇ, ਯੋਹੰਨਾ ਦੀ ਅੰਜੀਲ ਉਹਦੇ 11 ਅਧਿਆਏ ਉਹਦਾ 3 ਵਚਨ, ਯੋਹੰਨਾ ਦੀ ਅੰਜੀਲ ਉਹਦਾ 11 ਅਧਿਆਏ ਉਹਦਾ 3 ਵਚਨ। ਇਸ ਲਈ ਦੋਹਾਂ ਭੈਣਾਂ ਨੇ ਉਹਨੂੰ ਕਿਹਾ ਭੇਜਿਆ ਕਿ ਪ੍ਰਭੂ ਜੀ ਵੇਖ ਵੇਖ ਜਿਸ ਨਾਲ ਤੂੰ ਹਿੱਤ ਕਰਦਾ ਹੈ। ਕਹਿੰਦੇ ਜਿਹਦੇ ਨਾਲ ਤੂੰ ਹਿੱਤ ਕਰਦਾ ਆ ਸੋ ਬਿਮਾਰ ਹੈ, ਉਹ ਬਿਮਾਰ ਆ। ਯਿਸੂ ਨੇ ਸੁਣ ਕੇ ਕਿਹਾ, ਹੁਣ ਦੇਖੋ ਇਸ ਜਗ੍ਹਾ ਤੇ 2 ਭੈਣਾਂ ਆ ਤੇ ਉਹਨਾਂ ਦਾ ਇੱਕ ਭਰਾ ਲਾਜ਼ਰ ਆ। ਇਹ 3 ਭੈਣ ਭਰਾ ਆ ਤੇ ਜਦ ਉਹਨਾਂ ਦੋਨਾਂ ਭੈਣਾਂ ਦਾ ਭਰਾ ਲਾਜ਼ਰ ਜਿਹੜਾ ਸੀ ਉਹ ਬਿਮਾਰ ਪੈ ਗਿਆ ਤੇ ਉਹ ਬਿਮਾਰੀ ਦੇ ਕਾਰਨ ਉਹਦੇ ਤੇ ਮੌਤ ਆ ਗਈ। ਯਿਸੂ ਮਸੀਹ ਨੂੰ ਚਿੱਠੀ ਪੱਤਰ ਸੁਨੇਹਾ ਕੱਲਿਆ, ਕਹਿੰਦੇ ਪ੍ਰਭੂ ਜੀ ਜਿਹਨੂੰ ਤੂੰ ਬੜਾ ਪ੍ਰੇਮ ਕਰਦਾ ਆ, ਜਿਹਨੂੰ ਤੂੰ ਬੜਾ ਹਿੱਤ ਕਰਦਾ ਆ, ਉਹ ਕੀ ਆ? ਬਿਮਾਰ ਆ। ਉਹ ਕੀ ਆ? ਬਿਮਾਰ ਆ। ਕਹਿੰਦੇ ਜਿਹਨੂੰ ਤੂੰ ਬੜਾ ਪ੍ਰੇਮ ਕਰਦਾ ਆ ਉਹ ਬਿਮਾਰ ਆ। ਹਾਲੇਲੂਯਾ। ਜੇ ਕੱਲ ਲਾਜ਼ਰ ਨੂੰ ਪ੍ਰਭੂ ਪ੍ਰੇਮ ਕਰਦਾ ਨਾ, ਮੈਂ ਕਿਹਾ ਅੱਜ ਤੁਹਾਨੂੰ ਵੀ ਪ੍ਰਭੂ ਪ੍ਰੇਮ ਕਰਦਾ ਜੋ। ਜੇ ਅੱਜ ਤੁਸੀਂ ਬਿਮਾਰ ਜੋ, ਜਿਸ ਤਰ੍ਹਾਂ ਲਾਜ਼ਰ ਬਿਮਾਰ ਸੀ ਤੇ ਲਾਜ਼ਰ ਨੂੰ ਪ੍ਰਭੂ ਨੇ ਪ੍ਰੇਮ ਕੀਤਾ, ਅੱਜ ਪ੍ਰਭੂ ਤੁਹਾਨੂੰ ਵੀ ਪ੍ਰੇਮ ਕਰਦਾ ਜੋ। ਜੇ ਲਾਜ਼ਰ ਦੀ ਜ਼ਿੰਦਗੀ ਚ ਕਾਰਿਆ ਕਰ ਸਕਦਾ ਆ, ਪਰਮੇਸ਼ੁਰ ਅੱਜ ਤੁਹਾਡੀ ਜ਼ਿੰਦਗੀ ਚ ਕਾਰਿਆ ਕਰੇਗਾ। ਪ੍ਰਵਚਨ ਬਿਆਨ ਕਰ ਰਿਹਾ, ਜਦੋਂ ਇਹਨਾਂ ਭੈਣਾਂ ਦਾ ਭਰਾ ਬਿਮਾਰ ਸੀ, ਇਹਨਾਂ ਯਿਸੂ ਮਸੀਹ ਨੂੰ ਸੁਨੇਹਾ ਕੱਲਿਆ। ਜੀਜਸ ਕ੍ਰਾਈਸ, ਛੇਤੀਆ ਸਾਡਾ ਭਰਾ ਮਰਨ ਵਾਲਾ ਆ, ਉਹ ਬਹੁਤ ਜ਼ਿਆਦਾ ਬਿਮਾਰ ਆ, ਜਲਦੀ ਕਰ, ਛੇਤੀ ਕਰ। ਪ੍ਰਵਚਨ ਕਹਿੰਦਾ ਪ੍ਰਭੂ ਨੇ ਜਲਦੀ ਨਹੀਂ ਕੀਤੀ। ਪੜ੍ਹੀਏ ਪੜ੍ਹੀਏ, ਇਹ ਬਿਮਾਰੀ ਮੌਤ ਦੀ ਨਹੀਂ, ਸਗੋਂ ਪਰਮੇਸ਼ਰ ਦੀ ਵਡਿਆਈ ਦੇ ਨਿਮਿਤ ਹੈ। ਪ੍ਰਭੂ ਦੀ ਵਡਿਆਈ ਦੇ ਲਈ ਆ। ਹਾਂਜੀ, ਜੋ ਇਸ ਤੋਂ ਪਰਮੇਸ਼ਰ ਦੇ ਪੁੱਤਰ ਦੀ ਵਡਿਆਈ ਹੋਵੇ, ਯਿਸੂ ਮਾਰਥਾ ਨੂੰ ਹਾਂਜੀ ਅਤੇ ਉਹਦੀ ਭੈਣ ਲਾਜ਼ਰ ਨੂੰ ਪਿਆਰ ਕਰਦਾ, ਉਹਨਾਂ ਨੂੰ ਪਿਆਰ ਕਰਦਾ ਸੀ। ਸੋ ਜਾਂ ਉਸਨੇ ਸੁਣਿਆ, ਜਦੋਂ ਉਹਨੇ ਸੁਣਿਆ ਭਈ ਉਹ ਬਿਮਾਰ ਹੈ, ਉਹ ਬਿਮਾਰ ਆ, ਤਾਂ ਉਹ ਜਿੱਥੇ ਸੀ ਉਸ ਵੇਲੇ 2 ਦਿਨ ਉੱਥੇ ਹੀ ਰਿਹਾ। ਕਿੰਨੇ ਦਿਨ ਲਾਏ? 2 ਦਿਨ ਹੋਰ ਲਾ ਦਿੱਤੇ। ਛੇਤੀ ਨਹੀਂ ਆਇਆ ਸੁਨੇਹਾ ਸੁਣ ਕੇ, ਉਸੇ ਵੇਲੇ ਨਹੀਂ ਭੱਜਿਆ ਪਰਮੇਸ਼ਵਰ ਕਿ ਮੇਰਾ ਮਿੱਤਰ ਬਿਮਾਰ ਆ, ਭੈਣਾਂ ਰੋ ਰਹੀਆਂ ਨੇ, ਛੇਤੀ ਜਾਵਾਂ, ਮੈਂ ਭੱਜ ਕੇ ਜਾਵਾਂ। ਵਚਨ ਚ ਲਿਖਿਆ 2 ਦਿਨ ਹੋਰ ਲਾ ਦਿੱਤੇ। ਪ੍ਰਭੂ ਨੇ ਕੀ ਕੀਤੀ? ਦੇਰੀ ਕੀਤੀ, ਉਹਨਾਂ ਨੂੰ ਵੇਟ ਕਰਾਈ। ਵੇਟ ਇੰਨੀ ਹੋ ਗਈ ਕਿ ਉਹ ਭਰਾ ਮਰ ਗਿਆ, ਉਹਨੂੰ ਕਬਰ ਦੇ ਵਿੱਚ ਦੱਬ ਦਿੱਤਾ। ਜਦ ਯਿਸੂ ਮਸੀਹ ਉਸ ਜਗ੍ਹਾ ਤੇ ਗਿਆ 2 ਦਿਨ ਬਾਅਦ, ਭੈਣਾਂ ਨੂੰ ਪਤਾ ਲੱਗਾ, ਭੈਣਾਂ ਭੱਜ ਕੇ ਆਈਆਂ। ਉਹਨੇ ਕਿਹਾ ਕਿੱਥੇ ਆ ਲਾਜ਼ਰ? ਕਹਿੰਦੇ ਪ੍ਰਭੂ ਹੁਣ ਦੇਰ ਹੋ ਚੁੱਕੀ ਆ। ਕੀ ਹੋ ਚੁੱਕੀ ਆ? ਦੇਰ ਹੋ ਚੁੱਕੀ ਆ, ਹੁਣ ਦੇਰ ਹੋ ਚੁੱਕੀ ਆ।
ਅੱਜ ਅਸੀਂ ਵੀ ਕਹਿੰਦੇ ਹੁਣ ਦੇਰ ਹੋ ਚੁੱਕੀ ਆ, ਬਿਮਾਰੀ ਵੱਧ ਚੁੱਕੀ ਆ, ਪ੍ਰੋਬਲਮ ਵੱਧ ਗਈ ਆ, ਸਮੱਸਿਆ ਵੱਧ ਗਈ ਆ, ਹੁਣ ਦੇਰ ਹੋ ਚੁੱਕੀ ਆ। ਕਹਿੰਦੇ ਪ੍ਰਭੂ ਹੁਣ ਦੇਰ ਹੋ ਚੁੱਕੀ ਆ, ਹੁਣ ਤੇ ਉਹਨੂੰ ਮਰੇ ਨੂੰ 4 ਦਿਨ ਹੋ ਗਏ ਆ, ਹੁਣ ਤੇ ਉਹ ਕਬਰ ਦੇ ਵਿੱਚ ਆ, ਉਹਦੀਆਂ ਹੱਡੀਆਂ ਵੀ ਗਲ ਗਈਆਂ ਹੋਣੀਆਂ, ਉਹਦਾ ਮਾਸ ਵੀ ਗਲ ਗਿਆ ਹੋਣਾ, ਉਹਦੇ ਮਾਸ ਨੂੰ ਕੀੜੇ ਖਾ ਗਏ ਹੋਣੇ ਆ। ਹੁਣ ਕੀ ਹੋ ਚੁੱਕੀ ਆ? ਦੇਰ ਹੋ ਚੁੱਕੀ ਆ। ਯਿਸੂ ਮਸੀਹ ਰੋਇਆ, ਕਲਪਿਆ, ਉਹਨੇ ਕਿਹਾ ਦੱਸੋ ਉਹਨੂੰ ਕਿੱਥੇ ਰੱਖਿਆ। ਤੇ ਜਦ ਉਸ ਜਗ੍ਹਾ ਤੇ ਗਏ ਜਿੱਥੇ ਲਾਜ਼ਰ ਦੀ ਲਾਸ਼ ਨੂੰ ਰੱਖਿਆ ਹੋਇਆ ਸੀ ਕਬਰ ਦੇ ਵਿੱਚ, ਪਰਮੇਸ਼ਵਰ ਨੇ ਉਹ ਭੈਣ ਨੂੰ ਆਖਿਆ, ਕਹਿੰਦਾ ਵਿਸ਼ਵਾਸ ਕਰੇ। ਕੀ ਕਰੇ? ਵਿਸ਼ਵਾਸ ਕਰੇ। ਜੇ ਤੂੰ ਵਿਸ਼ਵਾਸ ਕਰੇਗੀ ਮੇਰੀ ਇਹ ਭੈਣੇ, ਪਰਮੇਸ਼ਵਰ ਦੀ ਮਹਿਮਾ ਨੂੰ ਵੇਖੇਂਗੇ। ਹਾਲੇਲੂਇਆ, ਹਾਲੇਲੂਇਆ। ਜਿੱਦਾਂ ਪਰਮੇਸ਼ਵਰ ਉਸ ਭੈਣ ਨੂੰ ਕਹਿ ਰਿਹਾ ਵਿਸ਼ਵਾਸ ਕਰੀ, ਪਰਮੇਸ਼ਵਰ ਦੀ ਮਹਿਮਾ ਨੂੰ ਵੇਖੇਂਗੀ, ਅੱਜ ਮੇਰੇ ਭੈਣ ਤੇ ਭਰਾਓ ਪ੍ਰਭੂ ਤੁਹਾਨੂੰ ਕਹਿ ਰਿਹਾ ਵਿਸ਼ਵਾਸ ਕਰੋ, ਪਰਮੇਸ਼ਵਰ ਦੀ ਮਹਿਮਾ ਨੂੰ ਵੇਖੋਗੇ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਵਰ ਦੀ ਮਹਿਮਾ ਨੂੰ ਵੇਖੇਂਗੀ। ਬੋਲਤਾ ਪਰਮੇਸ਼ਵਰ ਨੇ, ਚਲੇ ਗਏ ਕਬਰ ਤੇ। ਪਰਮੇਸ਼ਵਰ ਫਿਰ ਬੋਲਦਾ ਆ, ਪੱਥਰ ਨੂੰ ਹਟਾਓ। ਫਿਰ ਉਹ ਪੈਣਾ, ਨਾ 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 ਨਾ, ਬਦਬੂ ਆਉਂਦੀ ਹੋਣੀ ਆ ਪਰਮੇਸ਼ਵਰ, ਦੇਰ ਹੋ ਚੁੱਕੀ ਆ, ਉਹ ਹੱਡੀਆਂ ਗਲ ਗਈਆਂ ਹੋਣੀਆਂ ਨੇ, ਮਾਸ ਗਲ ਗਿਆ ਹੋਣਾ ਆ, ਹੁਣ ਦੇਰ ਹੋ ਚੁੱਕੀ ਆ, ਸਮਾਂ ਲੰਘ ਗਿਆ ਆ। ਅਸੀਂ ਜਾਣਦੇ ਹਾਂ ਇਹ ਜੀਵੇਗਾ, ਪਰ ਕਿਦੋਂ? ਇਹ ਕਿਆਮਤ ਨੂੰ। ਪਰਮੇਸ਼ਵਰ ਨੇ ਫਿਰ ਕਿਹਾ, ਕਹਿੰਦਾ ਕੀ ਮੈਂ ਤੈਨੂੰ ਨਹੀਂ ਸੀ ਆਖਿਆ ਵਿਸ਼ਵਾਸ ਕਰੇ, ਕਿਉਂਕਿ ਕਿਆਮਤ ਤੇ ਜੂਨ ਮੈਂ ਆ। ਹਾਲੇਲੂਇਆ, ਕਿਆਮਤ ਤੇ ਜ਼ਿੰਦਗੀ ਮੈਂ। ਕਹਿੰਦਾ ਪੱਥਰ ਹਟਾ ਦਿਓ। ਕੀ ਕਰੋ? ਪੱਥਰ, ਆਪਣੇ ਪੜੋਸੀ ਨੂੰ ਕਹੋ ਪੱਥਰ ਹਟਾ ਦੇ ਚਿੰਤਾ ਦਾ। ਬੋਲੋ ਬੋਲੋ ਬੋਲੋ, ਕਹੋ ਆਪਣੇ ਪੜੋਸੀ ਨੂੰ। ਪ੍ਰੇਮ ਨਹੀਂ ਕਰਦੇ ਆਪਣੇ ਪੜੋਸੀ ਨਾਲ? ਕਰਦੇ ਕਿ ਨਹੀਂ? ਤੁਸੀਂ ਚਾਹੁੰਦੇ ਜੋ ਕਿ ਪੜੋਸੀ ਦੇ ਸਾਹਮਣੇ ਜਾਂ ਉਹਦੇ ਘਰ ਦੇ ਅੰਦਰ, ਉਹਦੀ ਜ਼ਿੰਦਗੀ ਦੇ ਅੰਦਰ ਚਿੰਤਾ ਦੇ ਪੱਥਰ ਰਹਿਣ, ਬਿਮਾਰੀਆਂ ਦੇ ਪੱਥਰ ਰਹਿਣ, ਮੁਸ਼ਕਲਾਂ ਦੇ ਪੱਥਰ ਰਹਿਣ? ਚਾਹੁੰਦੇ ਜੋ? ਤੁਸੀਂ ਚਾਹੁੰਦੇ ਸਾਡਾ ਪੜੋਸੀ ਬਿਮਾਰ ਰਹੇ, ਤੰਗੀ ਦੇ ਵਿੱਚ ਰਹੇ, ਮੁਸੀਬਤ ਦੇ ਵਿੱਚ ਰਹੇ, ਗਰੀਬੀ ਦੇ ਵਿੱਚ ਰਹੇ? ਨਹੀਂ ਨਾ ਚਾਹੁੰਦੇ। ਜਿਹਦੇ ਜੀਜਸ ਕ੍ਰਾਈਸਟ ਵਾਲਾ ਤੁਹਾਡਾ ਪ੍ਰੇਮ ਹੈ ਨਾ, ਬੋਲੋ ਆਪਣੇ ਪੜੋਸੀ ਨੂੰ ਪੱਥਰ ਹਟਾ ਦੇ ਆਪਣੀ ਜ਼ਿੰਦਗੀ 'ਚੋਂ। ਅੱਜ ਤੂੰ ਆਪਣੀ ਜ਼ਿੰਦਗੀ 'ਚ ਪਰਮੇਸ਼ਵਰ ਦੀ ਮਹਿਮਾ ਨੂੰ ਵੇਖੇਂਗੀ। ਮੈਂ ਕਿਹਾ ਅੱਜ ਤੂੰ ਆਪਣੀ ਜ਼ਿੰਦਗੀ 'ਚ ਪਰਮੇਸ਼ਵਰ ਦੀ ਮਹਿਮਾ ਨੂੰ ਦੇਖੇਂਗੀ। ਜੇ ਪੱਥਰ ਹਟਾਇਆ, ਲਾਜ਼ਰ ਜਿੰਦਾ ਹੋ ਗਿਆ, ਅੱਜ ਪੱਥਰ ਹਟਾਓਗੇ, ਹਰ ਹੱਡੀਆਂ, ਹਰ ਰੋਗ ਤੁਹਾਡੀ ਜ਼ਿੰਦਗੀ ਦੇ ਅੰਦਰ ਹੀਲਿੰਗ ਨੂੰ ਪਾਉਣਗੇ, ਛੁਟਕਾਰੇ ਨੂੰ ਪਾਉਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ, ਤੁਹਾਡੀਆਂ ਮਰੀਆਂ ਬਰਕਤਾਂ ਜਿੰਦੀਆਂ ਹੋਣਗੀਆਂ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ।
ਮੈਂ ਕਿਹਾ ਜੇ ਤੁਹਾਡੇ ਕਾਰੋਬਾਰ ਮਰ ਚੁੱਕਿਆ, ਅੱਜ ਤੁਹਾਡੇ ਕੋਲ ਕਾਰੋਬਾਰ ਨਹੀਂ ਹੈਗੇ, ਤੁਹਾਡੇ ਕੋਲ ਘਰ ਨਹੀਂ ਹੈਗੇ, ਤੁਹਾਡੇ ਕੋਲ ਬੱਚੇ ਨਹੀਂ ਹੈਗੇ, ਮੈਂ ਕਿਹਾ ਅੱਜ ਉਹ ਬਰਕਤਾਂ ਮਰੀਆਂ ਜਿੰਦਾ ਹੋਣਗੀਆਂ, ਇਹ ਪ੍ਰੋਫੈਸੀ ਹੈ ਤੁਹਾਡੇ ਲਈ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਮੈਂ ਕਿਹਾ ਪਰਮੇਸ਼ਵਰ ਮਰੇ ਕਾਰੋਬਾਰਾਂ ਨੂੰ ਜਿੰਦਾ ਕਰੇਗਾ, ਮੈਂ ਕਿਹਾ ਪਰਮੇਸ਼ਵਰ ਨਵੇਂ ਘਰਾਂ ਦੇ ਨਾਲ ਤੁਹਾਨੂੰ ਬਲੈਸ ਕਰੇਗਾ, ਮੈਂ ਕਿਹਾ ਪਰਮੇਸ਼ਵਰ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਤੁਹਾਡੀ ਜ਼ਿੰਦਗੀ 'ਚ ਅਦਭੁਤ ਰੀਤੀ ਦੇ ਨਾਲ ਗਵਾਹੀਆਂ ਨੂੰ ਬਣਾਵੇਗਾ, ਪ੍ਰੋਫੈਸੀ ਹੈ ਤੁਹਾਡੇ ਲਈ। ਤੁਹਾਡਾ ਆਮ ਮੈਨੂੰ ਉੱਚਾ ਹੋਣਾ ਚਾਹੀਦਾ ਆ, ਮੈਂ ਕਿਹਾ ਤੁਹਾਡਾ ਆਮ ਮੈਨੂੰ ਉੱਚਾ ਹੋਣਾ ਚਾਹੀਦਾ ਆ, ਮੈਂ ਕਿਹਾ ਆਮ ਮੈਨੂੰ ਉੱਚਾ ਹੋਣਾ ਚਾਹੀਦਾ ਕਲੀਸਿਆ। ਹਾਲੇਲੂਯਾ 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 ਹਾਲੇਲੂਯਾ। ਅੱਜ ਹਰ ਪੱਥਰ ਨੂੰ ਹਟਾਓ, ਮੈਂ ਕਿਹਾ ਤੁਸੀਂ ਟੈਸਟ ਮਨੀ ਦੇ ਨਾਲ ਵਾਪਸ ਹੋ ਗਏ, ਮੈਨੂੰ ਕਾਰੋਬਾਰ ਮਿਲ ਚੁੱਕਾ ਆ, ਮੈਂ ਕਿਹਾ ਟੈਸਟ ਮਨੀ ਦੇ ਨਾਲ ਵਾਪਸ ਹੋ ਗਏ, ਮੇਰਾ ਘਰ ਬਣਨਾ ਤਿਆਰ ਹੋ ਚੁੱਕਾ ਆ। ਹਾਲੇਲੂਯਾ ਹਾਲੇਲੂਯਾ। ਮੈਂ ਕਿਹਾ ਟੈਸਟ ਮਨੀ ਦੇ ਨਾਲ ਵਾਪਸ ਹੋ ਗਏ, ਮੇਰੇ ਬੱਚੇ ਟੌਪ ਕਰ ਰਹੇ ਨੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਕਿਹਾ ਟੈਸਟ ਮਨੀ ਦੇ ਨਾਲ ਵਾਪਸ ਹੋ ਗਏ, ਤੁਹਾਡੇ ਵੀਜ਼ਿਆਂ ਦੇ ਮੋਹਰਾਂ ਲੱਗ ਚੁੱਕੀਆਂ ਹੋਣਗੀਆਂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਕਿਹਾ ਤੁਹਾਡੇ ਪਾਸਪੋਰਟ ਬਲੈਸ ਹੋ ਚੁੱਕੇ ਆ ਯਿਸੂ ਮਸੀਹ ਦੇ ਨਾਮ। ਮੈਂ ਕਿਹਾ ਟੈਸਟ ਮਨੀ ਦੇ ਨਾਲ ਵਾਪਸ ਹੋ ਗਏ ਯਿਸੂ ਮਸੀਹ ਦੇ ਨਾਮ। ਹਾਲੇਲੂਯਾ 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 ਹਾਲੇਲੂਯਾ। ਪ੍ਰਭੂ ਨੇ ਕਿਹਾ, ਕਹਿੰਦੇ ਜੇ ਤੂੰ ਵਿਸ਼ਵਾਸ ਕਰੇਂਗੀ ਅੱਜ ਪਰਮੇਸ਼ਵਰ ਦੀ ਮਹਿਮਾ ਨੂੰ ਵੇਖੇਂਗੇ। ਹਾਲੇਲੂਯਾ। ਜੇ ਮਰਿਆ ਲਾਜ਼ਰ ਜਿੰਦਾ ਹੋ ਸਕਦਾ ਆ, ਖੱਫਨ ਸਮੇਤ ਬਾਹਰ ਆ ਸਕਦਾ ਆ, ਅੱਜ ਤੁਹਾਡੀਆਂ ਮਰੀਆਂ ਬਰਕਤਾਂ ਜਿੱਥੇ ਤੁਸੀਂ ਹਾਰ ਚੁੱਕੇ ਜੋ, ਟੁੱਟ ਚੁੱਕੇ ਜੋ, ਮੈਂ ਕਿਹਾ ਜਿੰਦਾ ਹੋ ਚੁੱਕੀਆਂ ਨੇ ਯਿਸੂ ਮਸੀਹ ਦੇ ਨਾਮ। ਆਮੇਨ ਹਾਲੇਲੂਯਾ ਹਾਲੇਲੂਯਾ। ਪਰ ਪ੍ਰਭੂ ਜਾਣ ਬੁੱਝ ਕੇ ਦੇਰੀ ਕਰਦਾ ਆ, ਕੀ ਕਰਦਾ ਆ, ਦੇਰੀ ਕਰਦਾ ਆ, ਦੇਰੀ ਕਰਦਾ। ਕਹਿੰਦਾ ਸਹਿਜ ਪਾਕੇ ਸੋ ਮਿੱਠਾ ਹੋਵੇ। ਹਾਲੇਲੂਯਾ। ਸਹਿਜ ਪਾਕੇ ਸੋ ਮਿੱਠਾ ਹੋਵੇ, ਉਹ ਮਿੱਠਾ ਹੋਵੇਗਾ ਯਿਸੂ ਮਸੀਹ। ਆਓ ਅਸੀਂ ਇੱਕ ਵਚਨ 'ਚ ਹੋਰ ਜਾਵਾਂਗੇ, ਉਤਪਤ 12 ਦੇ ਆਏ ਪਹਿਲੇ ਵਚਨ, ਉਤਪਤ 12 ਦੇ ਆਏ ਪਹਿਲੇ ਵਚਨ। ਅੱਜ ਦਾ ਵਚਨ ਤੁਹਾਡੀ ਜ਼ਿੰਦਗੀ ਦੇ ਅੰਦਰ ਵੱਡੀ ਬੇਦਾਰੀ ਲੈ ਕੇ ਆਵੇਗਾ। ਪੜ੍ਹੀਏ। ਤਦ ਯਹੋਵਾ ਨੇ ਅਬਰਾਮ ਨੂੰ ਆਖਿਆ, ਤੈਨੂੰ ਵਿਖਾਵਾਂਗਾ, ਨਿਕਲ ਤੁਰ, ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ, ਮੈਂ ਤੈਨੂੰ ਅਸੀਸ ਦਿਆਂਗਾ, ਅਰ ਮੈਂ ਤੇਰਾ ਨਾਮ ਵੱਡਾ ਕਰਾਂਗਾ, ਅਰ ਤੂੰ ਬਰਕਤ ਦਾ ਕਾਰਨ ਹੋ, ਤੂੰ ਬਰਕਤ ਦਾ ਕਾਰਨ ਹੋਵੇਂਗਾ, ਜੋ ਤੈਨੂੰ ਅਸੀਸ ਦਿੰਦੇ ਹਨ, ਜਿਹੜੇ ਤੈਨੂੰ ਅਸੀਸ ਦੇਣਗੇ, ਮੈਂ ਉਹਨਾਂ ਨੂੰ ਅਸੀਸ ਦਿਆਂਗਾ, ਅਤੇ ਜੋ ਤੈਨੂੰ ਤੁਛ ਜਾਣਦਾ ਹੈ, ਜਿਹੜੇ ਤੈਨੂੰ ਤੁਛ ਜਾਣਨਗੇ, ਮੈਂ ਉਹਨਾਂ ਨੂੰ ਸ਼ਰਾਪ ਦਿਆਂਗਾ, ਮੈਂ ਤੇਰੇ ਕਾਰਨ ਸ੍ਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ, ਸੋ ਅਬਰਾਮ ਨੇ ਜਿਵੇਂ ਯਹੋਵਾ ਉਹਨੂੰ ਬੋਲਿਆ ਸੀ, ਜਿੰਨਾ ਪਰਮੇਸ਼ਰ ਅਬਰਾਹਮ ਨੂੰ ਬੋਲਿਆ ਸੀ, ਚੱਲਿਆ ਗਿਆ, ਅਤੇ ਲੂਤ ਵੀ ਉਹਦੇ ਨਾਲ ਚੱਲਿਆ, ਅਬਰਾਮ ਦੀ ਉਮਰ 75 ਵਰਿਆਂ ਦੀ ਸੀ। ਕਿੰਨੇ ਵਰਿਆਂ ਦੀ ਸੀ? 75 ਵਰਿਆਂ ਦੀ। ਸੈਰਾ ਦੀ ਉਮਰ ਕਿੰਨੀ ਸੀ? 60 ਵਰਿਆਂ ਦੀ।
75 ਵਰਿਆਂ ਦੀ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਅਬਰਾਹਮ ਤੈਨੂੰ ਮੈਂ ਵਧਾਵਾਂਗਾ, ਤੈਨੂੰ ਮੈਂ ਬਰਕਤ ਤੇ ਬਰਕਤ ਦਿਆਂਗਾ, ਪਰ ਮੇਰੇ ਕਹਿ ਅਨੁਸਾਰ ਚੱਲ। ਕੀ ਕਰ? ਮੇਰੇ ਕਹਿ ਅਨੁਸਾਰ ਚੱਲ। ਅੱਜ ਪ੍ਰਭੂ ਤੁਹਾਨੂੰ ਵੀ ਕਹਿ ਰਿਹਾ ਜੋ ਮੇਰੇ ਕਹਿ ਅਨੁਸਾਰ ਚੱਲੋ, ਮੈਂ ਤੁਹਾਨੂੰ ਕੀ ਕਰਾਂਗਾ? ਵਧਾਵਾਂਗਾ, ਮੈਂ ਤੁਹਾਨੂੰ ਵਧਾਵਾਂਗਾ। ਤੁਹਾਨੂੰ ਪਤਾ ਪ੍ਰਭੂ ਉਹਨੂੰ ਉਸ ਚੀਜ਼ ਤੋਂ ਅਲੱਗ ਕਰਨਾ ਚਾਹੁੰਦਾ ਸੀ। ਪ੍ਰਭੂ ਕੁਛ ਵੀ ਕੰਮ ਕਰਦਾ ਆ ਉਹਨੂੰ ਪਤਾ ਹੁੰਦਾ ਅੱਗੇ ਜਾ ਕੇ ਕੀ ਹੋਵੇਗਾ। ਪ੍ਰਭੂ ਨੇ ਇਸ ਲਈ ਵੱਡੇ ਵਾਅਦੇ ਕਰ ਦਿੱਤੇ ਕਿ ਮੈਂ ਤੈਨੂੰ ਬਰਕਤ ਤੇ ਬਰਕਤ ਦੇਵਾਂਗਾ, ਤੇਰੀ ਅੰਸ਼ ਨੂੰ ਮੈਂ ਵਧਾਵਾਂਗਾ, ਤੈਨੂੰ ਮੈਂ ਬਰਕਤ ਦਾ ਦੇਸ਼ ਬਣਾਵਾਂਗਾ। ਉਸ ਸਮੇਂ ਉਹਦੇ ਕੋਲ ਕੱਖ ਵੀ ਨਹੀਂ ਸੀ, ਕੋਈ ਧੀ ਪੁੱਤਰ ਹੈ ਨਹੀਂ ਸੀ। ਹਾਲੇਲੂਇਆ। ਪਰ ਫਿਰ ਵੀ ਵਾਅਦਾ ਕਰਤਾ ਪਰਮੇਸ਼ਵਰ ਨੇ। ਉਹ ਵਾਅਦਾ ਕਿੰਨੇ ਸਾਲ ਨਹੀਂ ਨਿਭਿਆ, ਕਿੰਨੇ ਸਾਲ ਉਹ ਵਾਅਦੇ 'ਤੇ ਅੜਾ ਰਿਹਾ ਪਰ ਪੂਰਾ ਨਹੀਂ ਹੋਇਆ? 24 ਸਾਲ। ਕਿੰਨੇ ਸਾਲ? 24 ਸਾਲ। 99 ਸਾਲ ਦੀ ਉਮਰ ਦੇ ਵਿੱਚ ਪ੍ਰਭੂ ਨੇ ਉਹਨੂੰ ਪੁੱਤਰ ਦਿੱਤਾ। ਪਰ ਪੁੱਤਰ ਮਿਲਿਆ ਕਿੱਦਾਂ, ਕਿਸ ਤਰ੍ਹਾਂ ਮਿਲਿਆ? ਪ੍ਰਭੂ ਉਹਨੂੰ ਤਿਆਰ ਕਰ ਰਿਹਾ ਸੀ, ਪ੍ਰਭੂ ਉਹਨੂੰ ਪਰਖ ਰਿਹਾ ਸੀ, ਉਹਨੂੰ ਤਿਆਰ ਕਰ ਰਿਹਾ ਆ, ਪ੍ਰਭੂ ਦੇਰੀ ਕਰ ਰਿਹਾ ਆ। ਕਿਉਂ ਪ੍ਰਭੂ ਦੇਰੀ ਕਰ ਰਿਹਾ? ਕਿਉਂਕਿ ਪਰਮੇਸ਼ੁਰ ਉਹਨੂੰ ਇੱਕ ਨਿੱਕੀ ਜਿਹੀ ਚੀਜ਼ ਨਹੀਂ ਦੇਣਾ ਚਾਹ ਰਿਹਾ, ਪ੍ਰਭੂ ਉਹਨੂੰ ਇੱਕ ਛੋਟਾ ਜਿਹਾ ਬਲੈਸ ਨਹੀਂ ਕਰਨ ਜਾ ਰਿਹਾ, ਪ੍ਰਭੂ ਉਹਨੂੰ ਵੱਡੀ ਬਲੈਸਿੰਗ ਦੇਣ ਜਾ ਰਿਹਾ। ਆਮੇਨ। ਕਿਉਂਕਿ ਪ੍ਰਭੂ ਨੇ ਵਾਅਦਾ ਕੀਤਾ ਸੀ, ਇਕੱਲਾ ਇਜ਼ਹਾਕ ਨਹੀਂ, ਉਹਨੇ ਵਾਅਦਾ ਕੀਤਾ ਸੀ ਕਿ ਤੇਰੀ ਅੰਸ਼ ਸਮੁੰਦਰ ਦੀ ਰੇਤ ਜਿੰਨੀ ਹੋਏਗੀ, ਆਕਾਸ਼ ਦੇ ਤਾਰਿਆਂ ਜਿੰਨੀ ਹੋਵੇਗੀ, ਤੇਰੇ ਕਾਰਨ ਧਰਤੀ ਦੀਆਂ ਕੌਮਾਂ ਬਰਕਤ ਪਾਉਣਗੀਆਂ। ਹਾਲੇਲੂਇਆ। ਉਹ ਤਿਆਰ ਕਰ ਰਿਹਾ ਸੀ। ਅੱਜ ਵੀ ਪ੍ਰਭੂ ਤਿਆਰ ਕਰਦਾ, ਕਹਿੰਦਾ ਚੱਲੋ। ਦੇਰੀ ਦੇਰੀ ਕਰਦਾ ਆ, ਵੇਟ ਕਰਾਉਂਦਾ ਆ, ਕਿਉਂਕਿ ਪ੍ਰਭੂ ਉਹਦੇ ਦੁਆਰਾ ਇਨਸਾਨ ਨੂੰ ਆਪਣੇ ਲਈ ਤਿਆਰ ਕਰਦਾ ਆ। ਇੱਕ ਵਚਨ ਹੋਰ ਪੜ੍ਹੀਏ, ਉਤਪਤ 20 ਦੀ ਪਹਿਲੇ ਵਚਨ। ਉਤਪਤ 20 ਦੀ ਪਹਿਲੇ ਵਚਨ। ਤਾਂ ਅਬਰਾਹਮ ਨੇ ਉੱਥੋਂ ਦੱਖਣ ਦੇ ਦੇਸ਼ ਵੱਲ ਕੂਚ ਕੀਤਾ, ਦੱਖਣ ਦੇ ਦੇਸ਼ ਵੱਲ ਕੂਚ ਕੀਤਾ, ਅਤੇ ਕਦੇਸ ਅਰਸ਼ੂਰ ਦੇ ਵਿਚਕਾਰ ਟਿਕ ਕੇ, ਹਾਂਜੀ, ਗਰਾਰ ਵਿੱਚ ਜਾ ਵਸਿਆ, ਗਰਾਰ ਦੇ ਵਿੱਚ ਜਾ ਵਸਿਆ। ਅਤੇ ਅਬਰਾਹਮ ਨੇ ਸਾਰਾ ਆਪਣੀ ਪਤਨੀ ਦੇ ਵਿਖੇ ਆਖਿਆ, ਸਾਰਾ ਆਪਣੀ ਪਤਨੀ ਦੇ ਵਿਖੇ ਆਖਿਆ, ਭਈ ਇਹ ਮੇਰੀ ਭੈਣ ਹੈ, ਇਹ ਮੇਰੀ ਭੈਣ ਆ। ਸੋ ਅਬੀਮਲਕ ਗਰਾਰ ਦੇ ਰਾਜਾ ਨੇ, ਅਬੀਮਲਕ ਗਰਾਰ ਦੇ ਰਾਜਾ ਨੇ ਆਦਮੀ ਕੱਲ ਕੇ, ਆਦਮੀ ਕੱਲ ਕੇ ਸਾਰਾ ਨੂੰ ਮੰਗਵਾ ਲਿਆ, ਸਾਰਾ ਨੂੰ ਮੰਗਵਾ ਲਿਆ। ਹੁਣ ਇੱਥੇ ਬੜੇ ਸੋਚਣ ਵਾਲੀ ਗੱਲ ਆ ਕਿ ਜਿਹੜਾ ਅਬੀਮਲਕ ਰਾਜਾ ਆ, ਇਹ ਕੋਈ ਵੀ ਸੁੰਦਰ ਇਸਤਰੀ ਵੇਖਦਾ ਹੈ ਉਹਨੂੰ ਆਪਣੀ ਰਾਣੀ ਬਣਾ ਲੈਂਦਾ। ਹੁਣ ਦੇਖੋ, ਇਹ ਸਾਰਾ ਜਿਹੜੀ ਹੈ ਤੇ 80-90 ਸਾਲਾਂ ਦੀ ਆ, ਤੇ ਬਜ਼ੁਰਗ ਆ, ਐਸੀ ਕਿਹੜੀ ਸੁੰਦਰਤਾ ਦੇਖ ਗਈ ਉਹਨੂੰ ਕਿ ਉਹਨੇ ਆਪਣੀ ਪਤਨੀ ਹੋਣ ਦੇ ਲਈ ਮੰਗਵਾ ਲਿਆ? 80-90 ਸਾਲਾਂ ਦੀ ਸਾਰਾ, ਜਦੋਂ ਰਾਜੇ ਨੇ ਅਬੀਮਲਕ ਨੇ ਉਹਨੂੰ ਆਪਣੀ ਪਤਨੀ ਹੋਣ ਲਈ ਮੰਗਵਾਇਆ, ਕਾਰਨ ਕੀ ਸੀ?
ਰੀਜ਼ਨ ਕੀ ਸੀ? ਅੱਜ ਮੰਨ ਲਓ ਕੋਈ ਜਵਾਨ ਵਿਅਕਤੀ ਆ, ਜਵਾਨ ਨੌਜਵਾਨ ਆ, ਅਤੇ ਜੇ ਉਹਨੂੰ ਕਹੀਏ ਵੀ ਤੇਰੇ 80-90 ਸਾਲਾਂ ਦੀ ਔਰਤ ਦੇ ਨਾਲ ਵਿਆਹ ਕਰ ਦਾਂਗੇ, ਮੰਨੇਗਾ, ਰਾਜ਼ੀ ਹੋਵੇਗਾ? ਬੋਲੋ, ਉਹ ਬੋਲੋ, ਸ਼ਰਮਾਉਣ ਵਾਲੀ ਗੱਲ ਨਹੀਂ ਆ, ਕੀ ਰਾਜ਼ੀ ਹੋਵੇਗਾ? 80-90 ਸਾਲਾਂ ਦੀ ਔਰਤ, ਹੋ ਸਕਦਾ 80-90 ਸਾਲਾਂ ਦੀ ਔਰਤ ਦੇ ਮੂੰਹ ਦੇ ਵਿੱਚ ਦੰਦ ਬਣਾ ਹੋਣ, ਪਰ ਇਹਨੇ ਅੱਬੀ ਮਲਿਕ ਰਾਜੇ ਨੇ ਸੈਰਾ ਨੂੰ ਆਪਣੀ ਪਤਨੀ ਹੋਣ ਦੇ ਲਈ ਮੰਗਵਾ ਲਿਆ। ਪਰਮੇਸ਼ੁਰ ਨੇ ਉਸ ਜਗ੍ਹਾ ਤੇ ਕੁਝ ਕੀਤਾ, ਕਿਉਂਕਿ ਪ੍ਰਭੂ ਉਸ ਵਾਅਦੇ ਤੱਕ ਉਹਨੂੰ ਖੜਨਾ ਚਾਹੁੰਦਾ ਸੀ। ਹੁਣ ਅਬਰਾਹਾਮ ਦੀ ਬਰਕਤ ਦੂਰ ਨਹੀਂ ਆ, ਨਜ਼ਦੀਕ ਆ ਗਈ ਆ। ਹਾਲੇਲੂਇਆ, ਕੀ ਆ ਗਈ ਆ? ਨਜ਼ਦੀਕ। ਵਡੇਪਾ ਹੋ ਰਿਹਾ, 99 ਸਾਲ 'ਚ ਚਲੇ ਗਿਆ, ਉਹ 80-90 ਸਾਲਾਂ ਦੀ ਹੋ ਗਈ, ਬਰਕਤ ਨਜ਼ਦੀਕ। ਉਹ ਸੋਚਦਾ ਹੈਗਾ, ਉਹ ਮੇਰੀ ਪਤਨੀ ਚਰਾਈ ਗਈ, ਮੇਰਾ ਘਰ ਪਹਿਲੋਂ ਚਰਾਇਆ ਗਿਆ, ਪਹਿਲੋਂ ਮੈਂ ਘਰ ਛੱਡ ਦਿੱਤਾ, ਪਰਿਵਾਰ ਛੱਡ ਦਿੱਤਾ, ਹੁਣ ਮੇਰੀ ਪਤਨੀ ਵੀ ਗਈ। ਪਰ ਰਾਜੇ ਨੇ ਇੱਕ ਇੰਨੀ ਉਮਰ ਦੀ ਲੜਕੀ ਨੂੰ ਕਿਉਂ ਚੁਰਾਇਆ? ਕੀ ਕਾਰਨ ਸੀ? ਕਿਉਂਕਿ ਪਰਮੇਸ਼ੁਰ ਨੇ, ਜਦੋਂ 18 ਅਧਿਆਇ ਪੜ੍ਹਦੇ ਹਾਂ ਨਾ, ਉਹਦੇ ਵਿੱਚ ਲਿਖਿਆ, ਜਦੋਂ ਪਰਮੇਸ਼ੁਰ ਦੇ ਦਾਸ ਅਬਰਾਹਾਮ ਨੇ ਦੂਤਾਂ ਨੂੰ ਭੋਜਨ ਛਕਾਇਆ, ਰੱਬ ਦੇ ਜਨਾਂ ਨੂੰ ਭੋਜਨ ਛਕਾਇਆ, ਅਤੇ ਦੂਤਾਂ ਨੇ ਵਾਅਦਾ ਕੀਤਾ ਸੀ ਕਿ ਤੇਰੀ ਪਤਨੀ ਸੈਰਾ ਜਿਹੜੀ ਆ ਇੱਕ ਪੁੱਤਰ ਨੂੰ ਜਨਮ ਦੇਵੇਗੀ। ਹਾਲੇਲੂਇਆ, ਅਤੇ ਤੂੰ ਉਹਦਾ ਨਾਮ ਕੀ ਰੱਖੀ? ਇਜ਼ਹਾਕ। ਅਤੇ ਜਿਹੜੀ ਸੈਰਾ ਉਹ ਕੋਨੇ ਦੇ ਵਿੱਚ ਖੜ ਕੇ ਕੀ ਕਰ ਰਹੀ ਆ? ਹੱਸ ਰਹੀ ਆ, ਹੱਸ ਰਹੀ ਆ। ਕਿਉਂ ਹੱਸ ਰਹੀ ਆ? ਕਹਿੰਦੀ ਰੱਬ ਮੇਰੇ ਨਾਲ ਕੀ ਕਰ ਰਿਹਾ? ਟਿੱਚਰਬਾਜ਼ੀ ਕਰ ਰਿਹਾ। ਕੀ ਕਰ ਰਿਹਾ? ਮਖੌਲ ਕਰ ਰਿਹਾ। ਕਹਿੰਦੀ ਹੁਣ ਤਾਂ ਮੈਂ ਕੀ ਹੋ ਗਈ ਹਾਂ? ਬਜ਼ੁਰਗ ਹੋ ਗਈ ਹਾਂ, ਅਤੇ ਮੇਰੀ ਕੁੱਖ ਨੂੰ ਵੀ ਕੀ ਲੱਗ ਗਿਆ? ਸੋਕਾ ਲੱਗ ਗਿਆ, ਮੇਰੀ ਕੁੱਖ ਨੂੰ ਸੋਕਾ ਲੱਗ ਗਿਆ, ਮੈਂ ਬਜ਼ੁਰਗ ਹੋ ਗਈ ਹਾਂ, ਅਤੇ ਰੱਬ ਮੇਰੇ ਨਾਲ ਟਿੱਚਰਬਾਜ਼ੀ ਕਰ ਰਿਹਾ। ਪਰ ਪਰਮੇਸ਼ੁਰ ਦੇ ਪੁੱਛਿਆ, ਕਹਿੰਦਾ ਸੈਰਾ ਕਿਉਂ ਹੱਸੀ ਆ? ਕਹਿੰਦਾ ਰੱਬ ਜਿਹੜੀ ਗੱਲ ਪਰਮੇਸ਼ੁਰ ਦੇ ਮੂੰਹ 'ਚੋਂ ਨਿਕਲਦੀ ਆ ਉਹ ਪੂਰੀ ਹੋਵੇਗੀ, ਅਤੇ ਆਉਂਦੇ ਸਮੇਂ ਦੇ ਵਿੱਚ ਇਹ ਵਾਅਦਾ ਤੇਰੇ ਨਾਲ ਕੀ ਹੋਵੇਗਾ? ਪੂਰਾ ਹੋਵੇਗਾ। ਹਾਲੇਲੂਇਆ, ਹਾਲੇਲੂਇਆ, ਪੂਰਾ ਹੋਵੇਗਾ। ਹੁਣ ਉਹ ਔਰਤ ਨੂੰ ਖੜਿਆ ਜਿਹੜੀ ਖੁਦ ਕਹਿ ਰਹੀ ਆ ਕਿ ਮੇਰੀ ਕੁੱਖ ਨੂੰ ਸੋਕਾ ਲੱਗ ਗਿਆ, ਮੈਂ ਬਜ਼ੁਰਗ ਹੋ ਚੁੱਕੀ ਹਾਂ, ਪ੍ਰਭੂ ਨੇ ਉਸ ਸਮੇਂ ਉਹਦੀ ਸੁੰਦਰਤਾ ਨੂੰ ਜਾਂ ਉਹਦੀ ਉਮਰ ਨੂੰ ਕੀ ਕਰ ਦਿੱਤਾ? ਵਧਾ ਦਿੱਤਾ। ਹਾਲੇਲੂਇਆ, ਉਸ ਸਮੇਂ 90 ਸਾਲ ਦੀ ਉਮਰ 'ਚ ਜਾਂ 85 ਸਾਲ ਦੀ ਉਮਰ 'ਚ ਉਹਦੀ ਕੈਸੀ ਕੰਡੀਸ਼ਨ ਕਰਤੀ ਰੱਬ ਨੇ? ਇੱਕ ਲੜਕੀਆਂ ਵਰਗੀ। ਹਾਲੇਲੂਇਆ, ਹੁਣ ਦੇਖੋ ਇਹਦੇ ਵਿੱਚ ਕਾਰਨ ਕੀ ਸੀ, ਰੀਜ਼ਨ ਕੀ ਸੀ, ਪ੍ਰਭੂ ਕਿਸ ਤਰ੍ਹਾਂ ਅਬਰਾਹਾਮ ਦੇ ਲਈ ਬਰਕਤ ਹੋ ਰਿਹਾ। ਮੈਂ ਤੁਹਾਨੂੰ ਅੱਗੇ ਜਾ ਕੇ ਪੜ੍ਹਾਵਾਂਗਾ ਕਿ ਪ੍ਰਭੂ ਬੁਢਾਪੇ ਦੇ ਵਿੱਚ ਵੀ ਹੱਡੀਆਂ ਨੂੰ ਸੁੱਕਣ ਨਹੀਂ ਦਿੰਦਾ, ਬੁਢਾਪੇ ਦੇ ਵਿੱਚ ਵੀ ਹੱਡੀਆਂ ਦੇ ਅੰਦਰ ਉਹ ਨਵੀਂ ਤਾਜ਼ਗੀ
ਭਰਦਾ ਜੋ ਹਾਲੇਲੂਇਆ ਅੱਜ ਜੋ ਅਸੀਂ ਸੋਚਦੇ ਹਾਂ ਕਿ ਅਸੀਂ ਬੁਢਾਪੇ ਦੇ ਵਿੱਚ ਚਲੇ ਗਏ ਹਾਂ, ਸਾਡੀਆਂ ਹੱਡੀਆਂ ਕਮਜ਼ੋਰ ਹੋ ਚੁੱਕੀਆਂ ਨੇ, ਸਾਡਾ ਬਲ ਕਮਜ਼ੋਰ ਹੋ ਚੁੱਕਾ ਆ, ਪ੍ਰਭੂ ਬੁਢਾਪੇ ਦੇ ਵਿੱਚ ਵੀ ਉਹ ਹੱਡੀਆਂ ਨੂੰ ਤਾਜ਼ਾ ਕਰਨ ਦੀ ਤਾਕਤ ਰੱਖਦਾ ਜੋ ਹਾਲੇਲੂਇਆ ਕਿਉਂਕਿ ਉਹ ਸੁੱਕੇ ਰੁੱਖਾਂ ਦੇ ਵਿੱਚ ਵੀ ਮਾਸ ਉਹ ਜਾਨ ਭਰ ਦਿੰਦਾ, ਸੁੱਕੀਆਂ ਹੱਡੀਆਂ ਦੇ ਵਿੱਚ ਵੀ ਕਰ ਦਿੰਦਾ ਜੋ ਜਾਨ ਭਰ ਦਿੰਦਾ ਜੋ ਜਾਨ ਭਰ ਦਿੰਦਾ। ਇਹਦਾ ਅਸੀਂ 17 ਵਚਨ ਵੇਖੀਏ। ਜਦ ਅਭਿਮਲਕ ਰਾਜਾ ਜਿਹੜਾ ਸੀ ਉਹ ਸਹਿਰਾ ਨੂੰ ਲੈ ਗਿਆ ਤੇ ਪਰਮੇਸ਼ਵਰ ਨੇ ਰਾਤ ਉਹਨੂੰ ਸੌਣ ਨਹੀਂ ਦਿੱਤਾ, ਅਜੇ ਉਹਨੇ ਸ਼ਾਦੀ ਨਹੀਂ ਕੀਤੀ ਉਹਦੇ ਨਾਲ, ਤੇ ਪਰਮੇਸ਼ਵਰ ਨੇ ਰਾਜੇ ਦੀ ਨੀਂਦ ਹਰਾਮ ਕਰ ਦਿੱਤੀ ਤੇ ਪਰਮੇਸ਼ਵਰ ਨੇ ਰਾਜੇ ਨੂੰ ਕਿਹਾ ਰਾਜਾ ਤੈਨੂੰ ਪਤਾ ਜਿਹੜੀ ਤੂੰ ਔਰਤ ਚੁਰਾ ਕੇ ਲਿਆਂਦੀ ਆ ਉਹ ਕੌਣ ਆ? ਕਹਿੰਦਾ ਜਿਹਦੇ ਕੋ ਤੂੰ ਲੈ ਕੇ ਆਇਆ ਤੈਨੂੰ ਪਤਾ ਉਹ ਬੰਦਾ ਕੌਣ ਆ? ਕਹਿੰਦਾ ਉਹ ਮੇਰਾ ਨਬੀ ਆ। ਕਹਿੰਦਾ ਵੇਖ ਉਸ ਔਰਤ ਦੇ ਕਾਰਨ ਸਹਿਰਾਂ ਦੇ ਕਾਰਨ ਤੂੰ ਮਰੇਗਾ ਜ਼ਰੂਰ। ਕਹਿੰਦਾ ਉਹਦੇ ਕਾਰਨ ਤੇਰੀਆਂ ਸਾਰੀਆਂ ਔਰਤਾਂ ਜਿੰਨੀਆਂ ਵੀ ਤੇਰੇ ਦੇਸ਼ ਦੇ ਵਿੱਚ ਆ, ਤੇਰੀ ਪਤਨੀ ਤੋਂ ਲੈ ਕੇ ਜਿੰਨੀਆਂ ਵੀ ਤੇਰੇ ਦੇਸ਼ ਦੇ ਵਿੱਚ ਆ ਉਹ ਸਾਰੀਆਂ ਦੇ ਕੁੱਖਾਂ ਕੀ ਹੋ ਜਾਣਗੀਆਂ? ਉਹਦੇ ਕਾਰਨ ਬੰਦ ਹੋ ਜਾਣਗੀਆਂ। ਹਾਲੇ ਲੋਇਆ ਪ੍ਰਭੂ ਨੇ ਕੀ ਕਰ ਦਿੱਤਾ? ਕੁੱਖਾਂ ਬੰਦ ਕਰ ਦਿੱਤੀਆਂ, ਰਾਜੇ ਦੀ ਨੀਂਦ ਹਰਾਮ ਹੋ ਗਈ। ਰਾਜੇ ਨੇ ਅਬਰਾਹਮ ਨੂੰ ਸੱਦਿਆ, ਕਹਿੰਦਾ ਪ੍ਰਭੂ ਮੈਂ ਤੇ ਕੋਈ ਗਲਤ ਨਹੀਂ ਕੀਤਾ, ਮੈਂ ਤੇ ਸਧਿਆਈ ਨਾ ਚੱਲਿਆ। ਕਹਿੰਦਾ ਮੈਨੂੰ ਪਤਾ ਆ ਤੂੰ ਸਧਿਆਈ ਨਾ ਚੱਲਿਆ ਆ। ਕਹਿੰਦਾ ਇਸੇ ਲਈ ਮੈਂ ਤੈਨੂੰ ਸੁਚੇਤ ਕਰਨ ਆਇਆ ਆ, ਤੇਰੇ ਕੋਲ ਮੈਂ ਪਾਪ ਨਹੀਂ ਹੋਣ ਦਿੱਤਾ, ਮੈਂ ਪਹਿਲਾਂ ਹੀ ਆ ਗਿਆ ਤੇਰੇ ਕੋਲ, ਮੈਨੂੰ ਪਤਾ ਤੂੰ ਸਧਿਆਈ ਨਾ ਚੱਲ ਰਿਹਾ ਆ। ਅਬਰਾਹਮ ਨੂੰ ਸੱਦਿਆ, ਕਹਿੰਦਾ ਕਿਉਂ ਇਹ ਜ਼ੁਲਮ ਕਮਾਇਆ ਮੇਰੇ ਨਾਲ? ਕਾਹਦੇ ਲਈ ਜ਼ੁਲਮ ਕਮਾਇਆ ਏ? ਤੂੰ ਦੱਸ ਦਿੰਦਾ ਕਿ ਮੇਰੀ ਪਤਨੀ ਆ, ਤੂੰ ਕਿਉਂ ਕਿਹਾ ਹੀ ਹੈ ਮੇਰੀ ਭੈਣ ਆ? ਕਹਿੰਦਾ ਜੇ ਮੈਨੂੰ ਕਹਿ ਦਿੰਦਾ ਨਾ ਮੇਰੀ ਪਤਨੀ ਆ ਤੂੰ ਮੈਨੂੰ ਮਾਰ ਦੇਣਾ ਸੀ, ਤੇ ਮੇਰੀ ਪਤਨੀ ਨੂੰ ਫਿਰ ਵੀ ਚਰਾ ਕੇ ਲੈ ਜਾਣਾ ਸੀ। ਹੁਣ ਦੇਖੋ ਫਿਰ ਉਸੇ ਰਾਜੇ ਨੇ ਕਿਹਾ ਅਬਰਾਹਮ ਨੂੰ, ਅਬਰਾਹਮ ਤਰਲਾ ਕਰ ਉਸ ਪਰਮੇਸ਼ਵਰ ਦੇ ਗਾੜੀ ਤਰਲਾ ਕਰ, ਸਾਡੇ ਲਈ ਜਿਹੜਾ ਸਰਾਫ ਆਇਆ ਆ ਉਹ ਸਰਾਫ ਬਰਕਤ ਦੇ ਵਿੱਚ ਬਦਲ ਜਾਏ। ਹਾਲੇਲੂਇਆ ਤਰਲਾ ਕਰ। ਪੜੀਏ ਤਾਂ ਅਬਰਾਹਮ ਨੇ ਪਰਮੇਸ਼ਵਰ ਅੱਗੇ ਬੇਨਤੀ ਕੀਤੀ, ਅਬਰਾਹਮ ਨੇ ਪਰਮੇਸ਼ਵਰ ਦੇ ਗਾੜੀ ਬੇਨਤੀ ਕੀਤੀ, ਅਰ ਪਰਮੇਸ਼ਵਰ ਨੇ ਅਭਿਮਲਕ, ਪਰਮੇਸ਼ਵਰ ਨੇ ਅਭਿਮਲਕ ਅਰ ਉਸਦੀ ਤੀਵੀਂ, ਉਹਦੀ ਤੀਵੀਂ ਅਰ ਉਸਦੀਆਂ ਗੋਲੀਆਂ ਨੂੰ ਚੰਗਾ ਕਰ ਦਿੱਤਾ, ਉਹਦੀਆਂ ਗੋਲੀਆਂ ਨੂੰ ਚੰਗਾ ਕਰ ਦਿੱਤਾ, ਅਤੇ ਉਹ ਫਿਰ ਜਨਨ ਲੱਗੀਆਂ, ਉਹ ਫਿਰ ਬੱਚੇ ਜਨਨ ਲੱਗ ਪਈਆਂ। ਇੱਥੇ ਹੈਰਾਨਗੀ ਵਾਲੀ ਗੱਲ ਨਹੀਂ ਹੈ, ਜਿਹਦੀ ਖੁਦ ਦੀ ਤੀਵੀਂ ਬਾਂਝ ਹੋਵੇ, ਜਿਹਦੀ ਖੁਦ ਦੀ ਤੀਵੀਂ ਬੱਚਾ ਨਾ ਜਾਣਦੀ ਹੋਵੇ, ਉਹ ਦੂਸਰੇ ਵਾਸਤੇ ਦੁਆ ਕਰਨ ਡਿਆ ਕਿ ਪ੍ਰਭੂ ਇਹਨਾਂ ਦੀਆਂ ਕੁੱਖਾਂ ਨੂੰ ਕੀ ਕਰ? ਖੋਲ। ਅਤੇ ਪ੍ਰਭੂ ਨੇ ਉਹਦੀ ਪ੍ਰਾਰਥਨਾ ਨੂੰ ਸੁਣ ਕੇ ਉਹਨਾਂ ਦੀਆਂ ਕੁੱਖਾਂ ਖੋਲ ਦਿੱਤੀਆਂ, ਪਰ ਉਹਦੀ ਤੀਵੀ ਹਜੇ ਕੀ ਸੀ? ਬਾਂਝ ਸੀ, ਉਹਨੇ ਹਜੇ ਪੁੱਤਰ ਨਹੀਂ ਸੀ ਜਣਿਆ। ਕੀ ਸੀ ਉਹ? ਬਾਂਝ। ਪਰ ਅਬਰਾਹਮ ਨੇ ਜਦ ਉਹਨਾਂ ਵਾਸਤੇ ਪ੍ਰਾਰਥਨਾ ਕੀਤੀ, ਉਹਨਾਂ ਦੀਆਂ ਕੁੱਖਾਂ ਖੁੱਲੀਆਂ, ਉਹ ਪ੍ਰਾਰਥਨਾ ਦੇ ਦੁਆਰਾ
ਉਹਨਾਂ ਦੀਆਂ ਜੇ ਕੁੱਖਾਂ ਖੁੱਲੀਆਂ ਉਹਨਾਂ ਨੂੰ ਬਰਕਤ ਮਿਲੀ ਅਤੇ ਪਰਮੇਸ਼ਵਰ ਨੇ ਸੈਰਾਂ ਨੂੰ ਵੀ ਕੀ ਦਿੱਤੀ ਬਰਕਤ ਦਿੱਤੀ। ਉਸ ਤੋਂ ਬਾਅਦ ਪਰਮੇਸ਼ਵਰ ਨੇ ਸੈਰਾਂ ਨੂੰ ਮਾਂ ਬਣਾਇਆ, ਉਹ ਇਜਹਾਕ ਦੀ ਮਾਤਾ ਬਣੀ। ਹਾਲੇਲੂਇਆ, ਕਿਉਂਕਿ ਪਰਮੇਸ਼ਵਰ ਨੇ ਦੇਰੀ ਕਰਾਈ ਸੀ। ਤੁਹਾਨੂੰ ਪਤਾ ਅਬਰਾਹਮ ਦੇ ਪਿਤਾ ਦਾ ਨਾਂ ਕੀ ਸੀ? ਪਤਾ ਜੋ ਕੀ ਸੀ? ਹਾਂਜੀ, ਤਾਰਾ। ਤੇ ਤਾਰਾ ਜਿਹੜਾ ਸੀ ਉਹ ਪਰਮੇਸ਼ਵਰ ਨੂੰ ਮੰਨਦਾ ਨਹੀਂ ਸੀ, ਉਹ ਮੂਰਤੀਆਂ ਬਣਾਉਂਦਾ ਸੀ। ਜਦੋਂ ਤਾਰਾ ਮਰ ਗਿਆ ਫਿਰ ਪਰਮੇਸ਼ਵਰ ਨੇ ਅਬਰਾਹਮ ਨੂੰ ਕੀ ਦਿੱਤੀ? ਬਰਕਤ ਦਿੱਤੀ, ਕਿਉਂਕਿ ਤਾਰਾ ਦਾ ਮਤਲਬ ਆ ਥੇਰੀ। ਕੀ ਆ ਮਤਲਬ? ਥੇਰੀ। ਜਦੋਂ ਥੇਰੀ ਮਰ ਗਈ ਅਬਰਾਹਮ ਆਸ਼ਿਸ਼ਤ ਹੋ ਗਿਆ। ਹਾਲੇਲੂਇਆ। ਅੱਜ ਦੇਰ ਕਰਾਵੇਗਾ ਪ੍ਰਭੂ, ਜੇ ਦੇਰ ਕਰਾਵੇਗਾ ਵੱਡੀ ਬਲੈਸਿੰਗ, ਡਬਲ ਬਲੈਸਿੰਗ ਐਂਟਰ ਹੋਵੇਗੀ। ਹਾਲੇਲੂਇਆ, ਹਾਲੇਲੂਇਆ। ਕਈ ਯਾਰ ਕੁਝ ਚੀਜ਼ਾਂ ਸਾਨੂੰ ਛੇਤੀ ਪ੍ਰਾਪਤ ਨਹੀਂ ਹੁੰਦੀਆਂ, ਥੋੜ੍ਹੀ ਦੇਰੀ ਕਰਕੇ ਪ੍ਰਾਪਤ ਹੁੰਦੀਆਂ ਨੇ, ਪਰ ਅਸੀਂ ਹਾਰਨਾ ਨਹੀਂ ਆ, ਅਸੀਂ ਥੱਕਣਾ ਨਹੀਂ ਆ। ਜਿੱਦਾਂ ਇਹ ਦੋਵੇਂ ਭੈਣਾਂ ਕਹਿ ਰਹੀਆਂ, ਪ੍ਰਭੂ ਹੁਣ ਤਾਂ ਸਮਾਂ ਲੰਘ ਗਿਆ, ਹੁਣ ਵੇਲਾ ਬੀਤ ਗਿਆ, ਹੁਣ ਉਹਦੀਆਂ ਹੱਡੀਆਂ ਗਲ ਗਈਆਂ ਹੋਣੀਆਂ, ਉਹਦਾ ਮਾਸ ਗਲ ਗਿਆ ਹੋਣਾ, ਹੁਣ ਕੀ ਹੋ ਸਕਦਾ? ਕੁਛ ਨਹੀਂ ਹੋ ਸਕਦਾ। ਪਰ ਪ੍ਰਭੂ ਨੇ ਕਿਹਾ, ਕਹਿੰਦਾ ਵਿਸ਼ਵਾਸ ਕਰ, ਤੂੰ ਪਰਮੇਸ਼ਵਰ ਦੀ ਕੁਦਰਤ ਨੂੰ ਵੇਖੇਂਗੀ। ਪ੍ਰਭੂ ਨੇ ਉੱਥੇ ਪ੍ਰਾਰਥਨਾ ਕੀਤੀ, ਪਹਿਲਾਂ ਪ੍ਰਾਰਥਨਾ ਕੀਤੀ ਜ਼ਿੰਦਾ ਕਰਨ ਤੋਂ, ਪ੍ਰਭੂ ਨੇ ਇੱਕ ਪ੍ਰਾਰਥਨਾ ਕੀਤੀ ਕਿ ਹੇ ਪਿਤਾ, ਤੂੰ ਮੇਰੀ ਸਦਾ ਹੀ ਸੁਣਦਾ ਹੈ ਅਤੇ ਤੂੰ ਅੱਜ ਵੀ ਮੇਰੀ ਸੁਣ ਲਈ ਆ। ਹਾਲੇਲੂਇਆ। ਅੱਜ ਵੀ ਤੁਹਾਡੀਆਂ ਅੱਖਾਂ ਸਵਰਗ ਵੱਲ ਹੋਣੀਆਂ ਚਾਹੀਦੀਆਂ ਅਤੇ ਕਹੋ, ਪਰਮੇਸ਼ਵਰ ਤੂੰ ਮੇਰੀ ਸਦਾ ਹੀ ਸੁਣਦਾ ਆ, ਤੂੰ ਅੱਜ ਵੀ ਮੇਰੀ ਸੁਣ ਚੁੱਕਾ ਆ। ਹਾਲੇਲੂਇਆ, 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 ਤੂੰ ਸੁਣਦਾ ਆ। ਇੱਕ ਵਚਨ ਹੋਰ ਪੜ੍ਹੀਏ, ਯਸ਼ਾਇਆ ਦਾ ਗ੍ਰੰਥ, ਯਹੋਸ਼ੁਆ 14 ਦੀ 6 ਵਚਨ, ਯਹੋਸ਼ੁਆ 14 ਦੀ 6 ਅਧਿਆਏ ਪੜ੍ਹੀਏ। ਥੈਂਕ ਯੂ ਜੀਸਸ, ਥੈਂਕ ਯੂ ਲਾਰਡ, ਥੈਂਕ ਯੂ ਜੀਸਸ। ਤਦ ਯਹੂਦੀ ਗਿਲਗਾਲ ਵਿੱਚ, ਹਾਂਜੀ, ਯਹੋਸ਼ੁਆ ਕੋਲ ਆਏ, ਯਹੋਸ਼ੁਆ ਦੇ ਕੋਲ ਆਏ, ਅਤੇ ਜਫੰਨਾ ਕਨੀਜ਼ੀ ਦੇ ਪੁੱਤਰ, ਹਾਂਜੀ, ਕਾਲਬ ਨੇ ਉਹਨੂੰ ਆਖਿਆ, ਕਿ ਤੂੰ ਉਸ ਗੱਲ ਨੂੰ ਜਾਣਦਾ ਹੈ, ਜਿਹੜੀ ਯਹੋਵਾ ਨੇ ਪਰਮੇਸ਼ਰ ਦੇ ਬੰਦੇ ਮੂਸਾ ਨੂੰ ਕਦੇਸ਼ ਬਰਨਿਆ ਵਿੱਚ ਮੇਰੇ ਵਿਖੇ ਅਤੇ ਤੇਰੇ ਵਿਖੇ ਕੀਤੀ ਸੀ। ਮੈਂ 40 ਵਰਿਆਂ ਦਾ ਸਾਂ। ਜਦ ਯਹੋਵਾ ਦੇ ਦਾਸ, ਹਾਂਜੀ, ਮੂਸਾ ਨੇ ਮੈਨੂੰ ਕਦੇਸ਼ ਬਰਨਿਆ ਤੋਂ, ਕਹਿੰਦਾ ਮੈਂ 40 ਵਰਿਆਂ ਦਾ ਸਾਂ ਜਦ ਪਰਮੇਸ਼ਵਰ ਦੇ ਦਾਸ ਨੇ ਮੈਨੂੰ ਇਹ ਮਿਲਖ ਦਿੱਤੀ ਸੀ, ਹਾਂਜੀ, ਉਸ ਦੇਸ਼ ਦਾ ਖੋਜ ਕੱਢਣ ਲਈ ਕੱਲਿਆ, ਜਦੋਂ ਮੈਂ ਖੋਜ ਕੱਢਣ ਲਈ ਗਿਆ ਸਾਂ ਉਦੋਂ ਮੈਨੂੰ ਇਹ ਆਸ਼ੀਸ਼ ਮਿਲੀ ਸੀ, ਜਦੋਂ ਮੈਂ ਖੋਜ ਕੱਢ ਕੇ ਆਇਆ ਸਾਂ, ਹਾਂਜੀ, ਜਿਵੇਂ ਮੇਰੇ ਮਨ ਵਿੱਚ ਆਇਆ, ਜਿੱਦਾਂ ਮੇਰੇ ਮਨ ਵਿੱਚ ਆਇਆ, ਮੈਂ ਉਹ ਖਬਰ ਉਹਨੂੰ ਦਿੱਤੀ। ਤਦ ਵੀ ਮੇਰੇ ਭਰਾਵਾਂ ਨੇ ਜਿਹੜੇ ਮੇਰੇ ਨਾਲ ਉਤਾਹਾਂ ਗਏ ਸੀ ਲੋਕਾਂ ਦੇ ਦਿਲਾਂ ਨੂੰ ਪਾਣੀ ਕਰ ਦਿੱਤਾ, ਪਰ ਮੈਂ ਆਪਣੇ ਪਰਮੇਸ਼ਵਰ ਯਹੋਵਾ ਦੇ ਪਿੱਛੇ ਲੱਗਾ ਰਿਹਾ, ਕਹਿੰਦਾ ਮੈਂ ਆਪਣੇ ਯਹੋਵਾ ਪਿੱਛੇ ਲੱਗਾ ਰਿਹਾ। ਹਾਲੇਲੂਇਆ। ਤੁਹਾਨੂੰ ਪਤਾ ਜਦੋਂ ਮੂਸਾ ਨੇ ਗਿਣਤੀ ਦੀ ਕਿਤਾਬ ਦੇ ਵਿੱਚ
ਕੁਝ ਲੋਕਾਂ ਨੂੰ ਖੋਜ ਕੱਢਣ ਵਾਸਤੇ ਘੱਲਿਆ ਸੀ, ਯਹੋਸ਼ੂਆ ਤੇ ਕਾਲਬ ਵੀ ਨਾਲ ਸੀ, ਤੇ ਜਦ ਖੋਜ ਕੱਢ ਕੇ ਆਏ ਉਸ ਜਗ੍ਹਾ ਤੇ ਪਰਮੇਸ਼ੁਰ ਦਾ ਦਾਸ ਕਾਲਬ ਕਹਿ ਰਿਹਾ, ਕਹਿੰਦਾ ਪਰਮੇਸ਼ੁਰ ਨੇ ਉਸ ਦੇਸ਼ ਨੂੰ ਜਾਂ ਉੱਥੋਂ ਦੇ ਲੋਕਾਂ ਨੂੰ ਸਾਡੇ ਵੱਸ ਵਿੱਚ ਕਰ ਦਿੱਤਾ ਆ। ਕਹਿੰਦਾ ਜਦੋਂ ਮੈਂ ਖੋਜ ਕੱਢ ਕੇ ਆਇਆ ਸਾਂ ਉਸ ਵੇਲੇ ਮੇਰੀ ਉਮਰ ਕਿੰਨੀ ਸੀ? 40 ਸਾਲ ਦੀ। ਕਿੰਨੀ ਸੀ? 40 ਸਾਲ ਦੀ। ਤੇ ਮੈਂ ਕਿਹਾ ਸੀ ਕਿ ਉਹ ਲੋਕ ਉਹ ਦੇਸ਼ ਸਾਡੇ ਵੱਸ ਵਿੱਚ ਹੋ ਚੁੱਕਾ ਆ, ਪਰ ਅੰਦਾ ਜਿਹੜੇ ਮੇਰੇ ਨਾਲ ਦੇ ਸੀ ਉਹਨਾਂ ਨੇ ਲੋਕਾਂ ਦੇ ਮਨਾਂ ਨੂੰ ਤੋੜ ਦਿੱਤਾ ਆਪਣੀਆਂ ਗੱਲਾਂ ਦੇ ਨਾਲ। ਉਹ ਪਾਣੀਓ ਪਾਣੀ ਹੋ ਗਏ ਕਿਉਂਕਿ ਉਹਨਾਂ ਨੇ ਐਸੀਆਂ ਗੱਲਾਂ ਉਹਨਾਂ ਨੂੰ ਦੱਸੀਆਂ ਕਿ ਲੈ ਉੱਥੇ ਦੇ ਦੈਂਤ ਆ, ਉੱਥੋਂ ਦੇ ਬੰਦੇ ਬੜੇ ਬੜੇ ਵੱਡੇ ਆ, ਉੱਥੋਂ ਦੇ ਜਿਹੜੇ ਵਿਅਕਤੀ ਆ ਉਹ ਆਪਣੇ ਇਨਸਾਨਾਂ ਨੂੰ ਖਾ ਜਾਂਦੇ ਆ। ਕਹਿੰਦੇ ਅਸੀਂ ਉਸ ਦੇਸ਼ 'ਚ ਨਹੀਂ ਜਾ ਸਕਦੇ, ਜੇ ਅਸੀਂ ਉਸ ਦੇਸ਼ 'ਚ ਚਲ ਗਏ ਉਹਨਾਂ 'ਤੇ ਸਾਨੂੰ ਛੱਡਣਾ ਨਹੀਂ ਆ। ਪਰ ਕਹਿੰਦਾ ਮੈਂ ਉਸ ਦਲੇਰੀ ਦੇ ਨਾਲ ਕਹਿ ਰਿਹਾ ਸਾਂ ਕਿ ਨਹੀਂ, ਉਹ ਦੇਸ਼ ਉਹ ਲੋਕ ਪ੍ਰਭੂ ਨੇ ਸਾਡੇ ਵੱਸ ਵਿੱਚ ਕਰ ਦਿੱਤੇ ਆ। ਹਾਲੇਲੂਇਆ। ਪਰ ਪਰਮੇਸ਼ੁਰ ਦੇ ਦਾਸ ਨੇ ਫਿਰ ਵਾਅਦਾ ਕੀਤਾ ਸੀ ਕਿ ਤੈਨੂੰ ਕਾਲਬ ਤੂੰ ਉਸ ਦੇਸ਼ ਵਿੱਚ ਜਾਵੇਂਗਾ, ਚੰਗੀ ਭੂਮੀ ਦੇ ਵਿੱਚ ਜਾਵੇਂਗਾ, ਉਸ ਜਗ੍ਹਾ 'ਤੇ ਜਾਵੇਂਗਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਨੇ, ਅਤੇ ਉਹ ਦੇਸ਼ ਮੈਂ ਤੈਨੂੰ ਅਤੇ ਤੇਰੀ ਅੰਸ਼ ਨੂੰ ਦੇਵਾਂਗਾ। ਹਾਲੇਲੂਇਆ। ਕਹਿੰਦਾ ਉਸ ਵੇਲੇ ਮੇਰੀ ਉਮਰ 40 ਸਾਲ ਦੀ ਸੀ। ਤੇ ਜਦ ਹੁਣ ਯਹੋਸ਼ੂਆ ਨਾਲ ਗੱਲ ਕਰ ਰਿਹਾ ਆ, ਕਹਿੰਦਾ ਮੈਨੂੰ ਉਸ ਪਹਾੜੀ ਤੇ ਜਾਣ ਦੇ, ਮੈਨੂੰ ਉਹ ਮਿਲਕ ਦੇ, ਕਿਉਂਕਿ ਵਾਅਦਾ ਕੀਤਾ ਸੀ ਤੂੰ ਉਹਦੇ ਸਾਹਮਣੇ ਸਾਂ। ਕਹਿੰਦਾ ਅੱਜ ਵੀ ਮੇਰੇ ਅੰਦਰ ਉਹੀ ਤਾਕਤ ਆ। ਹੁਣ ਮੇਰੀ ਉਮਰ 85 ਸਾਲਾਂ ਦੀ ਹੋ ਗਈ ਆ, ਪਰ ਜਿਹੜਾ ਬਲ ਮੇਰੇ 40 ਵਰਿਆਂ ਦੇ ਵਿੱਚ ਸੀ ਮੇਰੀ ਜ਼ਿੰਦਗੀ ਅੰਦਰ, ਮੇਰੇ ਸਰੀਰ ਦੇ ਅੰਦਰ, ਮੇਰੀਆਂ ਹੱਡੀਆਂ ਅੰਦਰ, ਉਹ ਬਲ ਅੱਜ ਵੀ ਮੇਰੀਆਂ ਹੱਡੀਆਂ ਦੇ ਅੰਦਰ ਉਹੀ ਆ। ਹਾਲੇਲੂਇਆ। ਭਾਵੇਂ ਮੈਂ 85 ਸਾਲਾਂ ਦਾ ਹੋ ਗਿਆ, ਮੇਰਾ ਬਲ ਵੀ ਓਨਾ ਹੀ ਆ ਹਜੇ। ਮੈਂ ਕਮਜ਼ੋਰ ਹੋਇਆ ਨਹੀਂ ਆ, ਮੇਰੀ ਤਾਕਤ ਘਟੀ ਨਹੀਂ ਆ, ਕਿ ਪਰਮੇਸ਼ੁਰ ਨੇ ਮੈਨੂੰ ਬੁੱਢਾ ਹੋਣ ਨਹੀਂ ਦਿੱਤਾ। ਹਾਲੇਲੂਇਆ। ਕਹਿੰਦਾ ਮੇਰੇ ਨਾਲ ਦੇ ਸਾਥੀ ਮਰ ਗਏ ਆ, ਪਰ ਪਰਮੇਸ਼ੁਰ ਨੇ ਮੈਨੂੰ ਜਿੰਦਾ ਰੱਖਿਆ ਆ। ਹਾਲੇਲੂਇਆ। ਹਾਲੇਲੂਇਆ। ਅੱਜ ਜੇ ਤੁਸੀਂ ਪਰਮੇਸ਼ੁਰ ਦੇ ਪਿੱਛੇ ਚੱਲ ਰਹੇ ਜੋ, ਜੇ ਅੱਜ ਪਰਮੇਸ਼ੁਰ ਦਾ ਪੱਲਾ ਫੜਿਆ ਆ, ਉਹਦੇ ਪਿੱਛੇ ਲਗਾਤਾਰ ਚੱਲ ਰਹੇ ਜੋ, ਮੈਂ ਕਿਹਾ ਪਰਮੇਸ਼ੁਰ ਤੁਹਾਡੇ ਬਲ ਨੂੰ ਕੱਟਣ ਨਹੀਂ ਦੇਵੇਗਾ, ਪਰਮੇਸ਼ੁਰ ਤੁਹਾਡੀ ਆਸ਼ਿਸ਼ ਨੂੰ ਮੁੱਕਣ ਨਹੀਂ ਦੇਵੇਗਾ, ਮੈਂ ਕਿਹਾ ਪਰਮੇਸ਼ੁਰ ਤੁਹਾਡੀ ਜ਼ਿੰਦਗੀ ਦੇ ਅੰਦਰ ਉਹ ਬਲੈਸਿੰਗਾਂ ਮੁੱਕਣ ਨਹੀਂ ਦੇਵੇਗਾ। ਮੈਂ ਕਿਹਾ ਤੁਸੀਂ ਇੱਕ ਗਵਾਹੀ ਨੇ, ਸੈਂਕੜੇ ਗਵਾਹੀਆਂ ਦੇ ਨਾਲ ਵਾਪਸ ਆਓਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਇੱਕ ਬਰਕਤ ਲਈ ਨਹੀਂ ਚੁਣਿਆ, ਤੁਸੀਂ ਇੱਕ ਬਰਕਤ ਲਈ ਨਹੀਂ ਚੁਣੇ ਗਏ, ਮੈਂ ਕਿਹਾ ਪਰਮੇਸ਼ਵਰ ਨੇ ਤੁਹਾਨੂੰ ਇੰਨੀਆਂ ਬਰਕਤਾਂ ਦੇ ਨਾਲ ਬਲੈਸ ਕਰਨਾ, ਇੰਨੀਆਂ ਬਰਕਤਾਂ ਦੇਣ ਦਾ ਉਹਨੇ ਵਾਅਦਾ ਕੀਤਾ ਆ। ਉਹਨੇ ਕਿਹਾ ਤੇਰੇ ਘਰ ਵਿੱਚ ਰੱਖਣ ਵਾਸਤੇ ਜਗ੍ਹਾ ਨਹੀਂ ਹੋਵੇਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਹਾਲੇਲੂਇਆ। ਜੇ ਸਾਡਾ ਫੇਧ ਆ ਪਰਮੇਸ਼ੁਰ ਦੇ, ਜੇ ਸਾਡਾ ਭਰੋਸਾ ਆ, ਪਰ ਪਰਮੇਸ਼ੁਰ ਪਿੱਛੇ ਚੱਲਣਾ ਸਿੱਖੋ। ਕਹਿੰਦਾ ਪਰਮੇਸ਼ੁਰ ਨੇ ਮੈਨੂੰ ਕਿਉਂ ਇਹ ਮਿਲਕ ਦਿੱਤੀ ਆ, ਪਰਮੇਸ਼ੁਰ ਨੇ ਮੈਨੂੰ
ਉਹ 40 ਸਾਲਾਂ ਵਾਲਾ ਬਲ 85 ਸਾਲਾਂ ਦੇ ਵਿੱਚ ਕਿਉਂ ਦਿੱਤਾ ਆ? 85 ਵਰਿਆਂ ਦਾ ਵਾ ਤਾਂ ਵੀ ਉਹੀ ਬਲ ਆ ਜਿਹੜਾ 40 ਸਾਲਾਂ 'ਚ ਹੀ, ਕਾਹਦੇ ਲਈ ਦਿੱਤਾ ਆ? ਕਹਿੰਦਾ ਮੈਂ ਪਰਮੇਸ਼ਵਰ ਦੇ ਪਿੱਛੇ ਚੱਲਦਾ ਰਿਹਾ। ਕਹਿੰਦਾ ਉਹ ਕਿਹੜਾ ਆ ਜਿਹੜਾ ਮੇਰੇ ਕਰਕੇ ਭੈਣ ਜਾਂ ਭਰਾ ਜਾਂ ਕਿਸੇ ਚੀਜ਼ ਨੂੰ ਗਵਾਵੇਗਾ ਤੇ ਉਹ 100 ਗੁਣਾ ਨਾ ਪਾਵੇਗਾ? ਹਾਲੇਲੂਇਆ। ਕਹਿੰਦਾ ਜਿਹੜਾ ਮੇਰੇ ਕਰਕੇ ਕੁਝ ਗਵਾਉਂਦਾ ਆ ਉਹ 100 ਗੁਣਾ ਦਾ ਹੱਕਦਾਰ ਹੋਵੇਗਾ ਯਿਸੂ ਮਸੀਹ ਦੇ ਨਾਮ ਦੇ ਵਿੱਚ। ਤੁਸੀਂ 100 ਗੁਣਾ ਦੇ ਹੱਕਦਾਰ ਹੋਵੋਗੇ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪਰ ਸਾਡਾ ਦਿਲ ਡਰਨਾ ਨਹੀਂ ਚਾਹੀਦਾ, ਕਮਜ਼ੋਰ ਨਾ ਕਰੋ, ਆਪਣੇ ਦਿਲਾਂ ਨੂੰ ਤਕੜਿਆਂ ਕਰੋ। ਜਦੋਂ ਤਕੜਿਆਂ ਕਰੋਗੇ ਪਰਮੇਸ਼ਵਰ ਇਹਨਾਂ ਲੋਕਾਂ ਵਾਂਗੂ, ਯਹੋਸ਼ੁਆ ਕਾਲਬ ਵਾਂਗੂ ਤੁਹਾਨੂੰ ਇੱਕ ਚੰਗੀ ਮਿਲਖ ਦੇਵੇਗਾ। ਅਤੇ ਪ੍ਰਭੂ ਦਾ ਵਚਨ ਵਾਇਦਾ ਕਰ ਰਿਹਾ ਆ ਅੱਜ ਵੀ, ਕਿਉਂਕਿ ਉਹਦਾ ਵਚਨ ਜਿਉਂਦਾ ਆ, ਮਰਿਆ ਨਹੀਂ ਆ, ਉਹਦਾ ਵਚਨ ਜਿਉਂਦਾ ਆ ਅੱਜ ਵੀ। ਜੀਜਸ ਕ੍ਰਾਈਸਟ ਜਿਉਂਦਾ, ਉਹਦਾ ਬਲੱਡ ਜਿਉਂਦਾ ਆ, ਅੱਜ ਵੀ ਜੀਜਸ ਕ੍ਰਾਈਸਟ ਦੇ ਬਲੱਡ ਦੇ ਅੰਦਰ ਥਕਤ ਆ। ਉਹ ਅੱਜ ਵੀ ਕਹਿ ਰਿਹਾ ਆ, ਉਹ ਅੱਜ ਵੀ ਕਹਿ ਰਿਹਾ, ਹਰ ਇਨਸਾਨ ਨੂੰ ਕਹਿ ਰਿਹਾ, ਮੈਨੂੰ ਕਹਿ ਰਿਹਾ, ਤੁਹਾਨੂੰ ਕਹਿ ਰਿਹਾ। ਕਹਿੰਦਾ ਜਿਹੜੀ ਮਿੱਟੀ ਨੂੰ ਹੱਥ ਲਾ ਦੇਗਾ ਉਹ ਮਿੱਟੀ ਕੀ ਬਣ ਜਾਏਗੀ? ਸੋਨਾ ਬਣ ਜਾਏਗੀ। ਹਾਲੇਲੂਇਆ। ਅੱਜ ਵੀ ਕਹਿ ਰਿਹਾ, ਅੱਜ ਤੁਹਾਨੂੰ ਕਹਿ ਰਿਹਾ ਪਰਮੇਸ਼ਵਰ, ਜੋ ਵਿਸ਼ਵਾਸ ਕਰੋ, ਫੇਰ ਪਰਮੇਸ਼ਵਰ 'ਤੇ ਵਧਾਓ, ਆਪਣਾ ਭਰੋਸਾ ਵਧਾਓ। ਕਹਿ ਕਹਿ ਰਹੇ ਮੇਰੇ ਕੋਲ ਕਾਰੋਬਾਰ ਨਹੀਂ ਹੈਗਾ, ਮੇਰਾ ਕੰਮ ਨਹੀਂ ਚੱਲ ਰਿਹਾ। ਮੈਂ ਕਿਹਾ ਵਿਸ਼ਵਾਸ 'ਤੇ ਕਰੋ, ਪਰਮੇਸ਼ਵਰ ਦੇ ਪਿੱਛੇ ਚੱਲ ਕੇ ਵੇਖੋ। ਮੈਂ ਕਿਹਾ ਕਾਰੋਬਾਰ ਮੁੱਕੇਗਾ ਨਹੀਂ ਯਿਸੂ ਮਸੀਹ ਦੇ ਨਾਮ 'ਚ, ਕਿਉਂਕਿ ਉਹਨੇ ਵਾਅਦਾ ਕੀਤਾ ਆ, ਉਹਨੇ ਵਾਅਦਾ ਕੀਤਾ ਆ। ਕਹਿੰਦਾ ਮੇਰੇ ਰਾਜੇ ਧਰਮ ਦੀ ਖੋਜ ਕਰ, ਧਰਤੀ ਦੀਆਂ ਬਰਕਤਾਂ ਤੇਰੇ ਪਿੱਛੇ ਬਹਿ ਕੇ ਤੈਨੂੰ ਮਿਲਣਗੀਆਂ। ਕੀ ਕਰ? ਪਹਿਲਾਂ ਉਹਦੇ ਰਾਜ ਅਤੇ ਧਰਮ ਦੀ ਖੋਜ ਕਰ। ਅਤੇ ਜੇ ਰਾਤ ਵੀ ਸੌਂ ਕੇ, ਦਿਨ ਵੀ ਸੌਂ ਕੇ ਨਿਗਾਹਤਾ ਖੋਜ ਕੀਤੀ ਨਾ, ਫਿਰ ਤਾਂ ਆਪੇ ਨਹੀਂ ਕਾਰੋਬਾਰ ਮਿਲਣਾ, ਕਿਉਂਕਿ ਖੋਜ ਨਹੀਂ ਕੀਤੀ। ਖੋਜ ਕਰੋ। ਜੇ ਤੁਸੀਂ ਅੱਜ ਸੁੱਤੇ ਰਹਿੰਦੇ ਜੋ ਰਾਤ ਦਿਨੇ, ਅਤੇ ਜਿੰਦੀਆਂ ਬਰਕਤਾਂ ਮਰੀਆਂ ਦੇ ਵਿੱਚ ਬਦਲਦਿਆਂ ਦੇਰ ਲੱਗਦੀ ਨਹੀਂ। ਜੋ ਤੁਹਾਨੂੰ ਪਤਾ, ਇੱਕ ਭੈਣ ਬਹੁਤੀ ਗੂੜੀ ਨੀਂਦੇ ਸੌਂ ਗਈ, ਉਹਨੇ ਆਪਣੀ ਬਰਕਤ ਆਪੇ ਥੱਲੇ ਦੇ ਕੇ ਮਾਰ ਲਈ। ਇੱਕ ਹੋਰ ਗੂੜੀ ਨੀਂਦੇ ਸੁੱਤੀ ਆ, ਉਹਨੇ ਜਿੰਦੀ ਬਰਕਤ ਮਰੀ ਦੇ ਵਿੱਚ ਬਦਲਾ ਲਈ। ਕਿਉਂ ਬਦਲ ਗਈ? ਨੀਂਦ ਦੇ ਕਾਰਨ। ਕਿਉਂ ਉਹਨੇ ਆਪਣੀ ਬਰਕਤ ਮਾਰ ਲਈ? ਨੀਂਦ ਦੇ ਕਾਰਨ, ਸੌਣ ਦੇ ਕਾਰਨ। ਅਤੇ ਵਚਨ ਵਾਅਦਾ ਕਰ ਰਿਹਾ, ਆਲਸੀ ਮਨੁੱਖਾ ਤੈਨੂੰ ਬਰਕਤ ਨਹੀਂ ਮਿਲਣੀ। ਜਦੋਂ ਵਚਨ ਕਹਿ ਰਿਹਾ ਤਾਂ ਫਿਰ ਕਿੱਦਾਂ ਮਿਲੇਗੀ? ਵਚਨ ਝੂਠਾ ਨਹੀਂ ਆ, ਵਚਨ ਸੱਚਾ ਆ। ਕਰਕੇ ਤਾਂ ਦੇਖੋ, ਪ੍ਰਾਰਥਨਾ ਦੇ ਕੇ ਤਾਂ ਵੇਖੋ ਉਹਨੂੰ 2.5 ਘੰਟੇ। ਖੋਜ ਤਾਂ ਕਰੋ ਜੇ ਰਾਜੇ ਧਰਮ ਦੀ, ਵੇਖਿਓ ਫਿਰ ਬਰਕਤਾਂ ਮਿਲਦੀਆਂ ਕਿ ਨਹੀਂ ਮਿਲਦੀਆਂ, ਵੇਖਿਓ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ। ਉਹ ਮਾਲਕਾਂ ਦੇ ਮਨਾਂ ਨੂੰ ਬਦਲ ਦੇਗਾ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਖੁਦ ਮਾਲਕ ਬਣਾ ਦੇ ਪ੍ਰਭੂ, ਆਪਣੇ ਤੁਹਾਡੇ ਕਾਰੋਬਾਰ ਹੋਣ। ਮੈਂ ਕਿਹਾ ਤੁਸੀਂ ਖੁਦ ਮਾਲਕ ਹੋਵੋ, ਠੇਕੇਦਾਰ ਹੋਵੋ ਤੁਸੀਂ ਖੁਦ। ਮੈਂ ਕਿਹਾ ਪਰਮੇਸ਼ਵਰ ਦੇ ਨਾਲ ਚੱਲ ਕੇ ਦੇਖੋ, ਜੇ ਇਹ ਪਰਮੇਸ਼ਵਰ ਦੇ ਨਾਲ ਝੱਲਿਆ, ਪਰਮੇਸ਼ਵਰ ਨੇ ਇਹਨੂੰ ਚੰਗੀ ਮਿਲਖ ਦਿੱਤੀ, ਐਸਾ ਦੇਸ਼ ਦਿੱਤਾ ਜਿੱਥੇ ਦੁੱਧ ਅਤੇ ਸ਼ਹਿਦ ਦੀਆਂ ਨਦੀਆਂ ਵਗਦੀਆਂ, ਜੇ ਅੱਜ ਤੁਸੀਂ ਇਮਾਨਦਾਰੀ ਦੇ ਨਾਲ ਪਰਮੇਸ਼ਵਰ ਦੇ ਵਿੱਚ ਚੱਲੋਗੇ, ਮੈਂ ਕਿਹਾ ਉਹ ਐਸੀ ਬਰਕਤ ਦੇਵੇਗਾ। ਤੁਸੀਂ ਅੱਜ ਮਜ਼ਦੂਰ ਜੋ, ਅੱਜ ਥੱਲੇ ਕਿਸੇ ਦੇ ਕੰਮ ਕਰ ਰਹੇ ਜੋ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਠੇਕੇਦਾਰ ਹੋਵੋਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ। ਪ੍ਰਭੂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਭੂ ਤੁਹਾਨੂੰ ਖੁਦ ਦਾ ਕਾਰੋਬਾਰ ਦੇਵੇਗਾ, ਕਿਉਂਕਿ ਜੀਜਸ ਕ੍ਰਾਈਸਟ ਦਾ ਵਾਅਦਾ ਆ।
ਉਹ ਵਾਅਦਾ ਕਰ ਰਿਹਾ ਆ, ਉਹ ਕਹਿ ਰਿਹਾ ਆ ਮੇਰੇ ਰਾਜੇ ਧਰਮ ਦੀ ਕੀ ਕਰ, ਖੋਜ ਕਰ, ਗੁੱਟਨੇ ਟੇਕੋ ਪਰਮੇਸ਼ਵਰ ਦੇ ਗਾੜੀ ਸ਼ਾਮ ਨੂੰ, ਗੁੱਟਨੇ ਟੇਕੋ ਪਰਮੇਸ਼ਵਰ ਦੇ ਗਾੜੀ ਰਾਤ ਨੂੰ, ਉਹਦੇ ਗਾੜੀ ਗੁੱਟਨੇ ਟੇਕੋ ਸਵੇਰ ਨੂੰ, ਕਿਉਂਕਿ ਤਾਊਦ ਜਿਹੜਾ ਆ ਉਹ 7 ਟਾਈਮ ਪ੍ਰਾਰਥਨਾ ਕਰਦਾ ਸੀ, 7 ਟਾਈਮ ਪਰਮੇਸ਼ਵਰ ਦੀ ਹਜ਼ੂਰੀ 'ਚ ਜਾਂਦਾ ਸੀ। ਅਸੀਂ ਕਿੰਨੇ ਟਾਈਮ ਜਾ ਰਹੇ ਹਾਂ, ਕਿੰਨੇ ਟਾਈਮ ਜਾ ਰਹੇ ਹਾਂ? ਜੇ ਅਸੀਂ ਪਰਮੇਸ਼ਵਰ ਦੀ ਹਜ਼ੂਰੀ 'ਚ ਜਾ ਨਹੀਂ ਰਹੇ, ਫਿਰ ਤਾਂ ਹੀ ਨਹੀਂ ਸਾਡੀ ਜ਼ਿੰਦਗੀ ਦੇ ਅੰਦਰ ਕਾਰੀਆ ਹੁੰਦਾ। ਮੇਰੀਆਂ ਬਰਕਤਾਂ ਸਾਨੂੰ ਮਿਲਣੀਆਂ ਸੀ, ਉਹ ਤਾਂ ਨਹੀਂ ਮਿਲ ਰਹੀਆਂ ਕਿਉਂਕਿ ਪਰਮੇਸ਼ਵਰ ਦੀ ਹਜ਼ੂਰੀ ਨੂੰ ਛੱਡਿਆ ਹੋਇਆ ਹੈ। ਜਾਓ ਉਹਦੇ ਚਰਨਾਂ 'ਚ, ਸ਼ਾਮ ਨੂੰ ਟੇਕੋ ਗੁੱਟਣੇ, ਸਵੇਰ ਨੂੰ ਟੇਕੋ ਗੁੱਟਣੇ, ਕਰੋ ਪ੍ਰਾਰਥਨਾ। ਜਿਹੜੀ ਬਰਕਤ ਨਹੀਂ ਵੀ ਆ ਉਹਦੇ ਵਾਸਤੇ ਵੀ ਪ੍ਰਭੂ ਦਾ ਥੈਂਕਸ ਕਰੋ, ਪ੍ਰਭੂ ਮਿਲ ਚੁੱਕੀ ਆ। ਜੇ ਬੱਚਾ ਨਹੀਂ ਆ ਆਪਣੇ ਪੇਟ 'ਤੇ ਹੱਥ ਰੱਖ ਕੇ ਕਹੋ ਪ੍ਰਭੂ ਤੂੰ ਮੈਨੂੰ ਬੱਚਾ ਦੇ ਚੁੱਕਾ ਆ। ਜੇ ਬੇਟੀ ਆ ਪ੍ਰਾਰਥਨਾ ਕਰੋ ਪ੍ਰਭੂ ਮੈਨੂੰ ਬੇਟਾ ਦੇ ਚੁੱਕਾ ਆ ਯਿਸੂ ਮਸੀਹ ਦੇ ਨਾਮ ਦੇ ਵਿੱਚ। ਮੈਂ ਕਿਹਾ ਉਹ ਚੀਜ਼ਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਐਂਟਰ ਹੋਣਗੀਆਂ। ਮੈਂ ਕਿਹਾ ਹਰ ਪਰੇਸ਼ਾਨੀ ਤੁਹਾਡੀ ਜ਼ਿੰਦਗੀ ਅੰਦਰੋਂ ਕਟਿੰਗ ਕੀਤੀ ਜਾਏਗੀ। ਮੈਂ ਕਿਹਾ ਤੁਹਾਡੀ ਨਿਰਾਸ਼ਾ ਖੁਸ਼ੀ ਦੇ ਵਿੱਚ ਬਦਲੀ ਜਾਏਗੀ ਯਿਸੂ ਮਸੀਹ ਦੇ ਨਾਮ 'ਚ। ਮੈਂ ਕਿਹਾ ਪਰਮੇਸ਼ੁਰ ਤੁਹਾਨੂੰ ਕਦੇ ਸ਼ਰਮਿੰਦਾ ਨਹੀਂ ਹੋਣ ਦੇਵੇਗਾ, ਪਰਮੇਸ਼ੁਰ ਤੁਹਾਡੀ ਸ਼ਰਮਿੰਦਗੀਆਂ ਨੂੰ ਖਤਮ ਕਰੇਗਾ। ਹਾਲੇਲੂਇਆ, ਹਾਲੇਲੂਇਆ, ਕਿਉਂਕਿ ਉਹ ਖਤਮ ਕਰਨ ਆਇਆ ਆ। ਉਹਨੇ ਇਸ ਲਈ ਸਾਡੇ ਸਰਾਫ ਆਪਣੇ 'ਤੇ ਚੁੱਕੇ ਲਿਆ। ਉਹਨੇ ਪਾਪ ਦਾ ਸਰਾਫ, ਗਰੀਬੀ ਦਾ ਸਰਾਫ, ਮੁਸ਼ਕਲਾਂ ਦਾ ਸਰਾਫ, ਬਿਮਾਰੀਆਂ ਦਾ ਸਰਾਫ ਉਹਨੇ ਆਪਣੇ 'ਤੇ ਚੁੱਕ ਲਿਆ, ਕਿਉਂਕਿ ਸਾਨੂੰ ਆਜ਼ਾਦ ਕਰਨ ਲਈ। ਉਹ ਜੀਸਸ ਕ੍ਰਾਈਸਟ ਇੰਨਾ ਪ੍ਰੇਮ ਕਰਨ ਵਾਲਾ ਆ, ਉਹਨੇ ਇੰਨਾ ਪ੍ਰੇਮ ਕੀਤਾ ਆ ਮੇਰੇ ਨਾਲ ਅਤੇ ਤੁਹਾਡੇ ਨਾਲ। ਹਾਲੇਲੂਇਆ। ਅੱਜ ਫੈਸਲਾ ਕਰੋ, ਜਿਹਦਾ ਯਹੋਸ਼ੂਆ ਨੇ ਆਖਿਆ ਫੈਸਲਾ ਕਰੋ,